ਨਹੀਂ ਤਾਂ ਥਾਂ ਦੇ ਨੇਤ ਹੀ ਲੈ ਲੈਂਦਾ ਮੈਂ, ਥਾਂ ਦੇ ਮੇਰੀ ਮੱਤ ਮਾਰੀ ਜਾਂਦਾ। ਕਿੱਥੇ ਦਾ ਰੱਤ ਲੈਂਦਾ ਬੰਦਾ ਤਾਂ ਕਰਿਆ ਜਾਵੇ ਦਾਨ ਨੂੰ ਥਾਪਾ। ਕਣਕ ਸਾਰੀ ਰਾਮਗੀ ਪੁੱਤ ਕਰਾਏਗੀ? ਨਾ ਰਾਮਗੀ ਬੇਬੇ, ਹੋ ਗਈ ਇੱਕ ਬਲੀ ਜੀ। ਚੱਲ ਵਧੀਆ, ਤਾਂ ਪਾਵਾਂ ਮੈਂ ਬਣਾ ਲੈ। ਹਾਂ ਨਾਲੇ ਮੇਰੀ ਗੱਲ ਸੁਣ, ਮਾਨਸਾ ਜਾਊਂਗਾ ਮੈਂ ਅੱਜ, ਸੌਦਾ ਜਿਹੜੇ ਜਿਹੜੇ ਮੁੱਕੇ ਉਹ ਦੱਸ ਦੇ ਮੈਨੂੰ, ਲੈ ਆਊਂਗਾ ਮੈਂ। ਅੱਥਾ ਇੱਕ ਖੰਡ ਮੁੱਕੀ ਪਈ ਹੈ, ਤਾ ਗੁਰ ਮਿੱਤ ਮਥਾਲਾ ਹਲਦੀ ਥੋੜਾ ਥੋੜਾ ਰਹਿ ਆ, ਨਾ ਆਪਣੀ ਫਿੱਦ ਖਾਬ ਹੋ ਰਹੀ ਹੈ। ਮਹਾਂ ਆਪਣੀ ਫਿੱਦ ਖਾਬ ਹੋ ਰਹੀ ਹੈ। ਕੀ ਕਹਿੰਦੀ ਹੈ ਬੇਬੇ? ਇਹ ਕਹਿੰਦੀ ਹੈ ਵੀ ਆਪਣੀ ਫਰਿੱਜ ਖਰਾਬ ਹੋ ਰਹੀ ਹੈ। ਅੱਛਾ ਫਰਿੱਜ ਖਰਾਬ ਹੋ ਰਹੀ ਹੈ, ਕੋਈ ਨਾ ਕਹਿ ਦੂੰਗਾ ਮੈਂ ਮਕੈਨਿਕ ਨੂੰ, ਕੋਈ ਗੱਲ ਨਹੀਂ। ਠੀਕ ਹੈ, ਇੱਕ ਤਾਂ ਕਹਿੰਦੇ ਪਤਾ ਨਹੀਂ ਲੱਗਦਾ ਹੈਗਾ, ਹੋਰ ਸਮਝ ਘੱਟ ਆਉਂਦੀ ਆਪਾਂ ਨੂੰ, ਹੋਰ ਵੀ ਕੀ ਕਹੀ ਜਾਂਦੀ ਹੈ, ਤੇ ਤੋਤਲੀ ਦਾ ਹੀ ਨਹੀਂ ਪਤਾ ਲੱਗਦਾ। ਬੇ ਜੱਸੇ ਕਦੇ ਕਦੇ ਤਾਂ ਮੈਨੂੰ ਬਾਲ ਹੀ ਦੁੱਖ ਜਿਹਾ ਆਉਂਦਾ ਵੀ ਇਹ ਤੋਤਲੀ ਆਪਣੇ ਕਰਮਾਂ 'ਚ ਧਰੀ ਪਈ ਤੀ। ਉਦੋਂ ਬੁਲਾ ਬਲੂ ਕੇ ਦੇਖ ਲੈਂਦਾ ਜਦੋਂ ਦੇਖ ਦਿਖਾਈ ਹੋਈ ਤੀ ਤੁਹਾਡੀ। ਕੀ ਬੁਲਾ ਕੇ ਦੇਖ ਲੈਂਦਾ ਮੈਂ, ਸਾਰੇ ਬੈਠੇ ਤੀ ਉਹ ਤੂੰ, ਇੰਨੇ ਇਕੱਠ 'ਚ ਮੈਂ ਕੀ ਬੁਲਾ ਕੇ ਦੇਖ ਲੈਂਦਾ? ਤੁਸੀਂ ਸੀ ਤਾਂ ਤੁਸੀਂ ਬੁਲਾਉਣੀ ਤੀ, ਬੁੜੀਆਂ ਦਾ ਕੰਮ ਹੁੰਦਾ ਤਾਂ ਤੁਸੀਂ ਬੁਲਾਉਂਦੇ, ਇਹ ਬੋਲਦੀ ਪਤਾ ਲੱਗ ਜਾਂਦਾ ਆਪਾਂ ਨੂੰ। ਹੋਰ ਪੁੱਤ ਕਰਿਆ ਤਾਂ ਧੋਖਾ ਹੀ ਹੈ ਇਹਦੇ ਪਰਿਵਾਰ ਨੇ ਆਪਣੇ ਨਾਲ। ਉਹਨਾਂ ਦਾ ਕੋਈ ਕਸੂਰ ਨਹੀਂ ਬੇਬੇ, ਉਹਨਾਂ ਦਾ ਕੀ ਕਸੂਰ ਹੈ, ਉਹ ਤਾਂ ਕਹਿੰਦੇ ਦੱਸਿਆ ਤੇ ਇਸ ਤਰ੍ਹਾਂ ਵਿਚੋਲੇ ਨੂੰ, ਵਿਚੋਲੇ ਹੀ ਸ਼ਾਂਪ ਛੱਲੇ ਦੇ ਲਾਲਚ 'ਚ ਆ ਗਿਆ ਸਾਲਾ, ਹੈਂ ਉਹ ਰੱਖ ਗਿਆ ਉਹਲਾ। ਹੋਰ ਮਰਜਾਂ ਨੇ ਉਸੇ ਨਹੀਂ ਕੰਮ ਕਰਿਆ ਵਿਚੋਲੇ ਨੇ ਸਾਰਾ ਖਰਾਬ। ਹੋਰ ਉਸਨੇ ਤਾਂ ਕਰਿਆ ਹੀ ਹੈ, ਚੱਲ ਕੋਈ ਗੱਲ ਨਹੀਂ, ਹੁਣ ਤਾਂ ਜਿਹੜਾ ਕੁਛ ਹੋ ਗਿਆ ਹੋ ਗਿਆ, ਹੁਣ ਤਾਂ ਕੀ ਬਣਦਾ ਹੈਗਾ, ਕਰਮਾਂ ਦੀਆਂ ਗੱਲਾਂ ਹੁੰਦੀਆਂ ਸਾਰੀਆਂ। ਬਾਕੀ ਤਾਂ ਚਲੋ ਕੋਈ ਗੱਲ ਨਹੀਂ, ਆਪਣਾ ਚਿੱਤ ਲਾਈ ਰੱਖਦੀ ਹੈ। ਹਾਂ ਜੱਸੇ ਇਹ ਤਾਂ ਹੈਗੀ ਆ ਗੱਲ, ਚਿੱਤ ਤਾਂ ਲਵਾਈ ਰੱਖਦੀ ਹੈ ਗੱਲ, ਪਰ ਆ ਹੈ ਇਹਦੀਆਂ ਕਈ ਗੱਲਾਂ ਦੀ ਆਪਾਂ ਨੂੰ ਸਮਝ ਨਹੀਂ ਆਉਂਦੀ, ਉਦੋਂ ਔਖਾ ਹੋ ਜਾਂਦਾ। ਕਹਿੰਦੀ ਕੁਛ ਹੋਰ ਹੁੰਦੀ ਹੈ, ਸਮਝ ਆਪਾਂ ਨੂੰ ਕੁਛ ਹੋਰ ਆ ਜਾਂਦੀ ਹੈ। ਹੋਰ ਔਖਾ ਤਾਂ ਹੋ ਹੀ ਜਾਂਦਾ, ਔਖੀ ਤੀ ਹੁਣ ਵੀ ਲੈ, ਹੁਣ ਕਹੀ ਪਿੱਜ ਪਾਪ ਹੋ ਗਈ, ਪਿੱਜ ਪਾਪ ਹੋ ਗਈ, ਮੈਨੂੰ ਕੀ ਪਤਾ ਲੱਗਣਾ ਤੀ, ਤੈਂ ਦੱਸਿਆ ਮੈਨੂੰ ਵੀ ਫਰਿੱਜ ਖਰਾਬ ਕਹਿੰਦੀ ਹੈ, ਨਹੀਂ ਮੈਨੂੰ ਤਾਂ ਪਤਾ ਹੀ ਲੱਗਣਾ ਤੀ। ਹਾਂ ਇਹ ਤਾਂ ਗੱਲ ਤੇਰੀ ਸਹੀ ਹੈ, ਪਰ ਮੈਨੂੰ ਤਾਂ ਸਮਝ ਆ ਗਈ ਤੀ ਵੀ ਫਰਿੱਜ ਖਰਾਬ ਕਹਿੰਦੀ ਹੈ। ਬਾਲੀਆਂ ਗੱਲਾਂ ਦੀ ਨਹੀਂ ਆਉਂਦੀ ਮੈਨੂੰ ਤਾਂ, ਹੋਰ ਚੱਕਰ ਪੈ ਜਾਂਦਾ ਕਈ ਵਾਰੀ ਤਾਂ ਪਤਾ ਹੀ ਨਹੀਂ ਲੱਗਦਾ ਹੋਰ ਕੀ ਕਹਿੰਦੀ ਹੈ, ਬਹੁਤੀਆਂ ਗੱਲਾਂ ਦੀ ਤਾਂ ਆਉਂਦੀ ਨਹੀਂ ਹੈਗੀ। ਹੋਰ ਕਈ ਵਾਰੀ ਤਾਂ ਉਲਝੀ ਜਾਂਦੀ ਆ ਵੀ ਇਹ ਕੀ ਕਹੀ ਜਾਂਦੀ ਹੈ। ਹੋਰ ਮੈਂ ਤਾਂ ਆਪ ਉਲਝੀ ਜਾਂਦਾ ਕਈ ਵਾਰੀ। ਚੱਲ ਉਹ ਬਣ ਗਈ ਚਾਹ। ਸੱਚ ਜੱਸੇ ਆੜਤੀ ਇਹਦੇ ਜਾਇਆ ਇੱਕ ਨਾ ਤੂੰ? ਨਾ ਜਾਇਆ ਨਹੀਂ ਗਿਆ ਬੇਬੇ, ਹੋਰ ਜਾ ਹੀ ਨਹੀਂ ਜਾਂਦਾ, ਕਈ ਦਿਨ ਹੋ ਗਏ, ਕਦੇ ਕੋਈ ਕੰਮ ਹੋ ਜਾਂਦਾ ਕਦੇ ਕੋਈ ਹੋ ਜਾਂਦਾ, ਅੱਜ ਦੇਖੂੰਗਾ ਜੇ ਜਾਇਆ ਗਿਆ। ਚੱਲ ਜਾਣਾ ਤੀ ਭਾਈ, ਫਿਰ ਫੋਨ ਕਰਿਆ ਤੀ ਉਹਨੇ, ਹੋਰ ਜਾ ਕੇ ਤਾਂ ਆਉਣਾ ਤੀ ਤੈਂ, ਤੂੰ ਜਾਇਆ ਹੀ ਪੁੱਤ ਗੇੜਾ ਮਾਰਿਆ ਹੀ, ਨਾਲੇ ਜਿਹੜਾ ਉਹ 10,000 ਦੀ ਕਲਮ ਦਾ ਆਪਣਾ ਰੌਲਾ ਜਿਹਾ ਪੈ ਰਿਹਾ ਤੀ, ਨਾਲੇ ਉਹ ਗੱਲ ਕਰਿਆ ਹੀ ਉਹਦੇ ਨਾਲ। ਹਾਂ ਉਹ ਵੀ ਗੱਲ ਕਰਕੇ ਆਉਣੀ ਉਹਦੇ ਨਾਲ, ਮੈਂ ਉਹਨੂੰ ਕਹਿਤਾ ਤੀ ਹੁਣ ਤਾਂ, ਮੈਂ ਕਿਹਾ ਤੇਰੇ ਮੁੰਡੇ ਨੂੰ ਪੁੱਛ ਲਈ, ਚਾਹੇ ਮੈਂ ਨਹੀਂ ਹੋਇਆ 10,000 ਰੁਪਏ ਲੈ ਕੇ ਗਿਆ। ਹਾਂ ਉਹੀ ਤਾਂ ਗੱਲ ਹੈ, ਤੈਂ ਉਹਨੂੰ ਫੋਨ ਕਰਿਆ ਤੀ ਨਾ ਵੀ ਮੈਂ 10,000 ਰੁਪਇਆ ਲੈਣ ਆਉਣਾ? ਫੋਨ ਤਾਂ ਮੈਂ ਕਰਿਆ ਦੀ, ਉਦੇ ਮੇਰੀ ਰਾਇ ਤੀ ਕਿ ਮੈਂ ਵਗ ਗਿਆ ਮਾਨਸਾ, ਉੱਥੇ ਜਾ ਕੇ ਮੈਂ ਕਿਹਾ ਚੱਲ ਪੈਸੇ, ਮੈਂ ਕਿਹਾ ਵੀ
ਚੀਜ਼ਾਂ ਤੀ ਕਈ ਲੈਣ ਵਾਲੀਆਂ, ਮੈਂ ਕਿਹਾ ਘੱਟ ਨਾ ਜਾਣ ਕਿਤੇ, ਊਂ ਤਾਂ ਹੈਗੇ ਤੀ ਮੇਰੇ ਕੋਲ। ਫਿਰ ਮੈਂ ਕਿਹਾ ਚੱਲ ਇਹਨੂੰ ਮੈਂ ਫੋਨ ਕਰਤਾ, ਮੈਂ ਕਿਹਾ ਮੈਂ 10,000 ਰੁਪਇਆ ਲੈ ਕੇ ਜਾਂਦਾ, ਇਹਦਾ ਮੁੰਡਾ ਸੀਗਾ ਕਿਤੇ ਉੱਥੇ, ਇਹ ਤਾਂ ਬਾਹਰ ਗਿਆ ਹੋਇਆ ਤੀ। ਫਿਰ ਮੇਰਾ ਵਿਚਾਰ ਬਦਲ ਗਿਆ, ਮੈਂ ਕਿਹਾ ਚੱਲ ਸੌਰੀ ਜੋ ਪੈਸੇ ਤਾਂ ਹੈਗੇ ਨੇ, ਇੰਨੇ ਕੀ ਲੱਗਣਗੇ। ਮੈਂ ਲੈਣ ਨਹੀਂ ਗਿਆ, ਮੈਂ ਮੁੰਡੇ ਨੂੰ ਇਹਦੇ ਨੂੰ ਫੋਨ ਵੀ ਕਰੇ ਵੀ ਮੇਰਾ ਸਰ ਗਿਆ, ਮੈਂ ਕਿਹਾ ਮੈਂ ਲੈ ਕੇ ਨਹੀਂ ਜਾਂਦਾ ਪੈਸੇ। ਇਹ ਮੈਨੂੰ ਹੁਣ ਕਹਿੰਦਾ ਕਿ ਤੂੰ ਉੱਥੇ ਫੋਨ ਜਾ ਕਰਿਆ ਸੀਗਾ ਵੀ 10,000 ਰੁਪਇਆ ਲੈ ਕੇ ਆਉਣਾ, ਇਹਨੂੰ ਐਂ ਵੀ ਲੈ ਗਿਆ ਹੋਊ ਕਿਤੇ, ਐਂ ਹੋ ਗਈ ਨਾ ਗੱਲ। ਫਿਰ ਇਹਦੇ ਮੁੰਡੇ ਨੇ ਇਹਨੂੰ ਗੱਲ ਨਹੀਂ ਕਰੀ ਹੈਗੀ, ਇਹਦੇ ਮੁੰਡੇ ਨੇ ਕੀ ਪਤਾ ਇਹਨੂੰ ਦੱਸਿਆ ਹੀ ਨਹੀਂ ਹੋਣਾ, ਦੱਸਿਆ ਨਹੀਂ ਆਪਦੇ ਪਿਓ ਨੂੰ ਵੀ ਫੋਨ ਆਇਆ ਜੱਸੇ ਦਾ ਵੀ ਮੈਂ ਤਾਂ ਲੈ ਕੇ ਨਹੀਂ ਜਾਂਦਾ। ਹੁਣ ਮੁੰਡੇ ਦੇ ਮੂੰਹ ਤੇ ਕਰਾਉਣਾ ਪਊ ਇਹਨੂੰ। ਹਾਂ ਕਰਾ ਦੀ ਫਿਰ ਮੂੰਹ ਤੇ, ਮੈਂ ਤਾਂ ਕਹਿੰਦੀ ਹਾਂ ਤੂੰ ਬਗੀ ਜਾ, ਛੇਤੀ ਵਗ ਜਾ ਸੌਂਗਾ। ਕੋਈ ਨਾ ਬੇਬੇ, ਫਿਰ ਕੱਲ ਨੂੰ ਜੋਗ ਜੂ ਮੈਂ। ਹਾਂ ਜਾ ਆਈ ਪੁੱਤ ਫਿਰ ਕੱਲ ਨੂੰ। ਹੋਰ ਐਂ ਕਰ ਲਾਂਗੇ। ਹੈ ਤੈਨੀ ਥੋੜੀ ਫਿਰਮਤੀ, ਮੇਰਾ ਤਾਂ ਲੋਨ ਹੀ ਗਦਾਤਾ, ਤਲ ਤਰ੍ਹਾਂ ਕੋਈ ਤੰਮ ਧੰਦੇ ਉੱਠ ਕੇ। ਮੈਂ ਤਾਂ ਐਂ ਪੈਣੀ ਆ ਵੀ ਤੱਪਲਾਂ ਦੀ ਥਾਂ 'ਤੇ ਬੂਤ ਹੀ ਪਾ ਲੈਂਦੀ ਹਾਂ, ਥਾਂ ਦਲਤ ਦੇ ਜਾਂਦੀ ਹੈ। ਆ ਦੁੱਤੀ ਵੀ ਨਾ ਮੇਰੀ ਪਾਣੀ ਹੋ ਰਹੀ ਹੈ, ਇਹਨਾਂ ਤੋਂ ਹੋਲ ਮੰਗਾਉਣੀ ਆਉਣ ਜਾਣ ਲਈ। ਮੇਰੀ ਗੱਲ ਸੁਣੋ, ਮੈਨੂੰ ਦੁੱਤੀ ਲੱਗ ਦੋ, ਇਹ ਤਾਂ ਆਉਣ ਜਾਣ ਲਈ ਰੱਖਣੀ ਹੈ ਮੈਂ। ਕੀ ਕਹਿੰਦੀ ਹੈ ਬੇਬੇ ਇਹ? ਮੈਨੂੰ ਤਾਂ ਆਪ ਨਹੀਂ ਸਮਝ ਆਈ। ਮੈਂ ਤਾਂ ਦੁੱਤੀ ਲੱਗ ਦੋ, ਆਉਣ ਜਾਣ ਦੇ ਰੱਖਣੀ ਹੈ। ਅੱਛਾ ਅੱਛਾ, ਇਹ ਫਿਲਮ ਦੇਖੀ ਜਾਂਦੀ ਸੀ ਨਾ, ਤਾਂ ਇਹਦੇ ਮਨ 'ਚ ਆ ਗਿਆ। ਚੱਲ ਤੂੰ ਕਰ ਲੈ ਕੰਮ, ਮੈਂ ਕਹਿ ਦਿੰਦੀ ਹਾਂ ਜੱਸੇ ਨੂੰ। ਮੈਂ ਸਮਝਿਆ ਨਹੀਂ ਬੇਬੇ, ਫਿਲਮ ਦੇਖੀ ਜਾਂਦੀ ਸੀ ਤਾਂ ਮਨ 'ਚ ਆ ਗਿਆ? ਇਹ ਪੁੱਤ ਮੋਬਾਈਲ 'ਤੇ ਫਿਲਮ ਦੇਖੀ ਜਾਂਦੀ ਸੀ, ਉਹਦੇ ਵਿੱਚ ਕੁੱਤਾ ਵੀ ਸੀ, ਮੈਨੂੰ ਲੱਗਦਾ ਇਹਦਾ ਤਾਂ ਮਨ ਬਣ ਗਿਆ ਕੁੱਤਾ ਰੱਖਣ ਦਾ। ਤੈਨੂੰ ਤਾਂ ਕਰਕੇ ਕਹਿੰਦੀ ਤੀ ਇਹ ਵੀ ਕੁੱਤੀ ਲਿਆ ਕੇ ਦੇ ਮੈਨੂੰ, ਮੈਂ ਰੱਖਣੀ ਹੈ। ਅੱਛਾ ਅੱਛਾ, ਲੈ ਮੈਂ ਉਹਨੂੰ ਕੁੱਤੀ ਕਿੱਥੋਂ ਲਿਆ ਦਿਆਂ, ਇਹ ਨਵੇਂ ਸ਼ੌਂਕ ਚੜ ਗਿਆ ਲੈ ਕੁੱਤੇ ਰੱਖਣ ਦਾ। ਇਹ ਹੁਣੀ ਫਿਲਮ ਦੇਖੀ ਜਾਂਦੀ ਤੀ ਨਾ ਮੋਬਾਈਲ 'ਤੇ, ਤੈਨੂੰ ਪਤਾ ਹੈ ਫਿਲਮਾਂ 'ਚ ਕੁੱਤੇ ਸਿਆਣੇ ਹੁੰਦੇ ਨੇ, ਤਾਂ ਕਰਕੇ ਇਹਨੂੰ ਐਂ ਹੋ ਗਿਆ ਵੀ ਆਪਾਂ ਵੀ ਕੁੱਤਾ ਰੱਖ ਲਈਏ। ਊਂ ਤਾਂ ਕੁੱਤਾ ਰੱਖਣਾ ਕੋਈ ਮਾੜੀ ਗੱਲ ਵੀ ਨਹੀਂ ਪੁੱਤ, ਰਾਖੀ ਕਰਦਾ ਘਰ ਦੀ। ਰਾਖੀ ਤਾਂ ਕਰਦਾ ਬੇਬੇ, ਤਾਂ ਗੱਲ ਤੇਰੀ ਠੀਕ ਹੈ, ਪਰ ਸਾਹਮਣੇ ਕੌਣ ਕਰੂ ਕੁੱਤੇ ਨੂੰ, ਮੈਥੋਂ ਤਾਂ ਨਹੀਂ ਸਮਝਦਾ। ਸਮਝਦਾ ਤਾਂ ਮੇਰੇ ਤੋਂ ਵੀ ਨਹੀਂ, ਫਿਰ ਇਹ ਆਪ ਹੀ ਸਾਂਭੂਗੀ ਪੁੱਤ, ਜਦੋਂ ਇਹਨੂੰ ਸ਼ੌਂਕ ਚੜਿਆ ਕੁੱਤਾ ਰੱਖਣ ਦਾ, ਸਮਝਦਾ ਤਾਂ ਮੇਰੇ ਤੋਂ ਵੀ ਨਹੀਂ। ਚੱਲ ਫਿਰ ਲਿਆ ਦਿੰਦਾ ਮੈਂ ਇਹਨੂੰ ਜੇ ਸਾਂਭ ਲਿਆ ਕਰੂ, ਮੈਨੂੰ ਤਾਂ ਕੀ ਹੈ, ਕੁੱਤਾ ਤਾਂ ਹੈਗਾ ਇੱਕ ਮੇਰਾ ਮਿੱਤਰ ਹੈਗਾ ਬਲਜਿੰਦਰ, ਉਹਦੇ ਕੋਲ ਹੈਗਾ, ਉਹ ਗੱਲ ਵੀ ਕਰਦਾ ਸੀਗਾ, ਕਹਿੰਦਾ ਕੁੱਤਾ ਯਾਰ ਦੇਣਾ ਯਾਰ ਕਿਸੇ ਨੂੰ, ਸਾਥੋਂ ਸਾਂਭਦਾ ਨਹੀਂ, ਕਹਿੰਦਾ ਔਖਾ ਹੋ ਰਿਹਾ। ਬਾਕੀ ਉਹ ਕੁੱਤਾ ਵੀ ਸਿਆਣਾ ਦੱਸਦਾ ਸੀ, ਕਹਿੰਦਾ ਕੁੱਤਾ ਬਹੁਤ ਸਿਆਣਾ, ਕਰ ਲੈਂਦਾ ਮੈਂ ਉਹਦੇ ਨਾਲ ਗੱਲ, ਫਿਰ ਪੁੱਛ ਲੈਂਦਾ ਅੱਜ। ਹਾਂ ਭਾਈ ਪੁੱਛ ਲੈ ਫਿਰ। ਪੁੱਛ ਲੈਂਦਾ ਤਾਂ ਫਿਰ, ਉਹ ਤਾਂ ਕੋਈ ਖਾਸ ਗੱਲ ਨਹੀਂ, ਉਹ ਤਾਂ ਲਈ ਆਵਾਂਗੇ ਫਿਰ, ਕਿ ਨਹੀਂ ਲੈ ਆਵਾਂਗੇ ਤਾਂ। ਚੱਲ ਠੀਕ ਹੈ ਫਿਰ, ਅੱਜ ਹੀ ਕਰ ਲੈਂਦਾ ਮੈਂ ਕੋਈ ਗੱਲ। ਲੈ ਸੁਖਪਾਲ, ਤੇਰੀ ਆਪਾਂ ਕਰਤੀ ਇੱਛਾ ਪੂਰੀ, ਲੈ ਫੜ ਸੰਗਲੀ। ਸੰਦਲੀ ਫੜ, ਮੈਂ ਤੇ ਫੜਾਂ ਸੰਦਲੀ। ਹੋਰ ਬੇਬੇ ਫੜੂਗੀ, ਹੁਣ ਤੂੰ ਮੰਗਾਇਆ ਕੁੱਤਾ, ਜਦੋਂ ਤੂੰ ਹੀ ਫੜੇਂਗੀ ਇਹਦੀ ਸੰਗਲੀ। ਮੈਂ ਤੇ ਮੰਗਾਇਆ ਦਿੱਤਾ, ਮੈਨੂੰ ਤੇਰੀ ਸਮਝ ਆਉਂਦੀ, ਮੈਂ ਨਹੀਂ ਮਾਰ ਦਿੱਤਾ। ਲੈ ਬੇਬੇ, ਹੁਣ ਕਹਿੰਦੀ ਮੈਂ ਤਾਂ ਮੰਗਾਇਆ ਨਹੀਂ ਕੁੱਤਾ, ਲੈ ਫੜਦੀ ਨਹੀਂ ਸੰਗਲੀ, ਕਹਿੰਦੀ ਮੈਂ ਤਾਂ ਮੰਗਾਇਆ ਹੀ ਨਹੀਂ, ਮੁੱਕਰੀ ਜਾਂਦੀ ਹੈ। ਕੋਈ ਗੱਲ ਨਹੀਂ ਸੁਖਪਾਲ, ਫੜ ਲੈ ਸੰਗਲੀ, ਕੁੱਤਾ ਹੋ ਜਾਂ ਕੁੱਤੀ ਹੋਈ ਇੱਕੋ ਹੀ ਗੱਲ ਹੈ, ਆਪਾਂ ਤਾਂ ਕੁੱਤੇ ਦਾ ਸ਼ੌਂਕ ਹੀ ਪੂਰਾ ਕਰਨਾ ਹੈ, ਕੋਈ ਗੱਲ ਨਹੀਂ। ਜੱਸਾ ਕਹਿੰਦਾ ਇਹ ਵੀ ਸਿਆਣਾ ਬਹੁਤ ਹੈ ਕੁੱਤਾ।
ਨਾ ਤਾਲ ਹੋ ਗਈ ਬੇਬੇ, ਤੁਹਾਨੂੰ ਹੋ ਚੀ ਦਿਆ, ਮੈਨੂੰ ਥੋਦੀ ਸਮਝ ਆਉਂਦੀ, ਮੈਂ ਤਾਂ ਜੁੱਤਾ ਕਦਮ ਲਾਇਆ ਨੀ। ਆਹੋ ਮੈਨੂੰ ਪਤਾ ਹੈ, ਤੂੰ ਤਾਂ ਕੁੱਤਾ ਨਹੀਂ ਮੰਗਾਇਆ, ਤੂੰ ਤਾਂ ਕੁੱਤੀ ਲਿਆਉਣ ਨੂੰ ਕਿਹਾ ਸੀ। ਪਰ ਤੂੰ ਮੇਰੀ ਗੱਲ ਸੁਣਾ, ਇਹ ਤਾਂ ਜੱਸੇ ਦੇ ਦੋਸਤ ਕੋਲੇ ਸੀ ਕੁੱਤਾ, ਕੋਈ ਗੱਲ ਨੀ, ਫਿਰ ਆਪਾਂ ਕੁੱਤਾ ਰੱਖ ਲੈਂਦੇ ਹਾਂ। ਬੇਬੇ ਮੈਨੂੰ ਲੱਗਦਾ ਤੇਰਾ ਦਿਮਾਗ ਤਾਂ ਨਹੀਂ ਹੈ ਨਹੀਂਦਾ, ਖਰਾਬ ਹੋ ਗਿਆ ਦਿਮਾਗ। ਨਹੀਂ ਮੈਨੂੰ ਤਾਂ ਲੱਗਦਾ ਦਿਮਾਗ ਤੇਰਾ ਖਰਾਬ ਹੋ ਗਿਆ, ਲੋਕ ਤਾਂ ਕਹਿੰਦੇ ਨੇ ਵੀ ਮਰਦ ਤੇ ਔਰਤ 'ਚ ਫਰਕ ਹੀ ਕੋਈ ਨੀ, ਤੂੰ ਕੁੱਤੇ ਤੇ ਕੁੱਤੀ 'ਚ ਹੀ ਫਰਕ ਕੱਢੀ ਜਾਂਦੀ ਹੈ। ਲੈ ਦੱਸ ਫੇਰ ਕੀ ਹੋ ਗਿਆ, ਤੂੰ ਕੁੱਤੀ ਮੰਗਦੀ ਤੀ, ਇਹਨੇ ਕੁੱਤਾ ਲਿਆ ਤਾ। ਨਾ ਮੈਂ ਤੁੱਤੀ ਮੰਗਦੀ ਤੀ, ਨਾ ਮੈਂ ਤੁੱਤਾ ਮੰਗਦੀ ਤੀ, ਮੈਂ ਤਾਂ ਥਾਂ 'ਚ ਨਹੀਂ ਤੁੱਤੇ ਬਿੱਲੇ ਰੱਖਣ ਦਾ, ਮੈਂ ਤੇਰੇ ਮੇਰੇ ਕਹਿੰਦਾ ਸਾਨੂੰ। ਲੈ ਕਮਾਲ ਹੋ ਗਈ ਯਾਰ, ਉਹ ਅਸੀਂ ਉਰੇ ਬੈਠੇ ਤੀ ਮੈਂ ਤੇ ਬੇਬੇ, ਉਦੋਂ ਤੈਂ ਅੰਦਰੋਂ ਆ ਕੇ ਨਹੀਂ ਕਿਹਾ ਵੀ ਮੈਨੂੰ ਕੁੱਤੀ ਲਿਆ ਕੇ ਦੇ ਰੱਖਣ ਨੂੰ। ਉਦੋਂ ਜਦੋਂ ਤੂੰ ਅੰਦਰ ਨਹੀਂ ਬੈਠੀ, ਮੋਬਾਈਲ ਤੇ ਫਿਲਮ ਦੇਖੀ ਜਾਂਦੀ ਤੀ, ਉਹਦੇ ਵਿੱਚ ਕੁੱਤਾ ਤੀ, ਐਦੂ ਬਾਅਦ ਮੈਂ ਤੇ ਜੱਸਾ ਉਰੇ ਨਹੀਂ ਬੈਠੇ ਤੇ, ਜਦੋਂ ਤੂੰ ਆ ਕੇ ਜੱਸੇ ਨੂੰ ਕਿਹਾ ਵੀ ਮੈਨੂੰ ਕੁੱਤੀ ਲਿਆ ਕੇ ਦੇ ਰੱਖਣ ਨੂੰ, ਮੈਂ ਤੈਨੂੰ ਕਹਿਤਾ ਵੀ ਚੱਲ ਕੋਈ ਨਹੀਂ ਕੰਮ ਕਰ ਲੈ ਤੂੰ, ਮੈਂ ਜੱਸੇ ਨੂੰ ਕਹਿ ਦੂੰਗੀ। ਲੈ ਤਮਾਲ ਚਰੀ ਜਾਂਦੀ ਹੈ ਬੇਬੇ ਤੂੰ, ਮੈਂ ਤੁੱਤੀ ਰੱਖਣ ਤੈਨੂੰ ਕਦੋਂ ਤੇ ਹੈ, ਮੈਂ ਦੁੱਤੀ 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 ਲੋ ਨੂੰ ਕਿਹਾ ਤੀ ਰੱਖਣ ਵਾਸਤੇ, ਮੈਂ ਤਾਂ ਦੁੱਤੀ ਨੂੰ ਕਿਹਾ ਤੀ ਪਾਣੀ ਹੋਈ ਪਈ ਆ ਆਉਂਦਾਨ ਵਾਸਤੇ ਰੱਖਣੀ ਆ, ਨਵੀਂ ਲੋ ਨੂੰ ਕਿਹਾ ਤੀ। ਜੁੱਤੀ ਨੂੰ ਕਿਹਾ ਸੀ ਤੂੰ? ਬੂ ਤਾਂ ਜੁੱਤੀ ਨੂੰ ਕਿਹਾ ਤੀ ਕੁੜੇ, ਦੁੱਤੀ ਨੂੰ ਇੱਧਰ ਕਿਹਾ ਤੀ ਵੀ ਪਾਣੀ ਹੋਈ ਪਈ ਆ। ਲੈ ਬੇਬੇ ਮੈਨੂੰ ਤਾਂ ਤੇਰੀ ਨਹੀਂ ਸਮਝ ਆਉਂਦੀ, ਤੂੰ ਮੈਨੂੰ ਕਹਿਤਾ ਕਿ ਕੁੱਤੀ ਰੱਖਣ ਨੂੰ ਕਹਿੰਦੀ ਆ ਇਹ ਵੀ ਫਿਲਮ ਵੀ ਦੇਖੀ ਜਾਂਦੀ ਤੀ ਪਹਿਲਾਂ। ਲੈ ਮੈਨੂੰ ਕੀ ਪਤਾ ਹੁਣ ਜੱਸੇ, ਇਹ ਅੰਦਰ ਬੈਠੀ ਮੋਬਾਈਲ ਤੇ ਫਿਲਮ ਦੇਖੀ ਜਾਂਦੀ ਤੀ, ਉਹਦੇ ਵਿੱਚ ਵੀ ਕੁੱਤਾ ਤੀ, ਜਦੋਂ ਇਹ ਬਾਹਰ ਆਈ ਆਪਣੇ ਕੋਲੇ ਮੈਨੂੰ ਗੱਲ ਦਾ ਭੁਲੇਖਾ ਪੈ ਗਿਆ, ਜੁੱਤੀ ਤੋਂ ਕੁੱਤੀ ਦਾ ਭੁਲੇਖਾ ਪੈ ਗਿਆ। ਲੈ ਤੈਨੂੰ ਤਾਂ ਪੈ ਗਿਆ ਬੇਬੇ ਭੁਲੇਖਾ, ਹੁਣ ਤਾਂ ਮੈਨੂੰ ਲਿਆ ਆ, ਹੁਣ ਤਾਂ ਇਹ ਰੱਖਣਾ ਪਊਗਾ, ਠੀਕ ਹੈ ਜਿਵੇਂ ਮਰਜ਼ੀ ਕਰੋ ਯਾਰ, ਹੁਣ ਮੈਂ ਇਹਨੂੰ ਕਿੱਧਰ ਮੁੜ ਕੇ ਆਵਾਂ, ਲੈ ਫੜ ਸੁਫਲ ਸੰਗਲੀ, ਮੈਂ ਥੰਦੇ ਬੱਬੀ ਮੈਂ ਦੱਸਦੀ ਤੁਸੀਂ ਇੱਥੋਂ ਜਿੱਦਾਂ ਹੋ ਤੁਸੀਂ ਇੱਥੋਂ, ਮੈਂ ਦੱਸਦੀ। ਮੇਰੀ ਗੱਲ ਸੁਣ ਲਓ ਸਿੱਧੇ ਹੋ ਕੇ, ਮੈਥੋਂ ਕੁੱਤਾ ਨਹੀਂ ਸਮਝਦਾ, ਮੈਂ ਤਾਂ ਬੇਬੇ ਤੈਨੂੰ ਪਹਿਲੀ ਦੱਸਿਆ ਸੀਗਾ ਵੀ ਮੈਥੋਂ ਨਹੀਂ ਸਮਝਦਾ, ਹੁਣ ਇਹ ਤੈਨੂੰ ਸਾਹਮਣਾ ਪਊਗਾ, ਲੈ ਫੜ। ਨਾ ਨਾ ਬਈ ਮੇਰੇ ਤੋਂ ਨਹੀਂ ਸਮਝਦਾ, ਮੈਂ ਤਾਂ ਪਹਿਲੀ ਤੈਨੂੰ ਆਖਿਆ ਸੀ ਵੀ ਮੈਂ ਕੁੱਤਾ ਰੱਖਣ ਦੇ ਹੱਕ 'ਚ ਹੈ ਨਹੀਂ, ਇਹ ਤਾਂ ਤੂੰ ਸੁਖਪਾਲ ਵਾਂਗ ਲੱਗ ਕੇ ਚਾਹੇ ਭੁਲੇਖਾ ਪੈ ਗਿਆ ਆਪਾਂ ਨੂੰ, ਜੋ ਮਰਜ਼ੀ ਵੀ ਹੋ ਗਿਆ ਇਹ ਤਾਂ ਹੁਣ ਸੁਖਪਾਲ ਹੀ ਸਾਹਮੂ, ਸੁਖਪਾਲ ਇਹ ਤਾਂ ਹੁਣ ਤੈਨੂੰ ਹੀ ਸਾਹਮਣਾ ਪਊ ਭਾਈ। ਲੈ ਫੜ ਫੜ ਲਓ ਸਿੱਧੇ ਹੋ ਕੇ, ਮੈਨੂੰ ਨਹੀਂ ਪਤਾ ਯਾਰ ਮੈਥੋਂ ਨਾ ਇਹ ਮੁੜੇ ਕਰੇ, ਹੁਣ ਰੱਖੋ ਇਹਨੂੰ ਜਿਵੇਂ ਮਰਜ਼ੀ ਕਰੋ, ਫੜ ਇਹਨੂੰ। ਮੈਂ ਦੱਸ ਕੀ ਹੁਣ, ਮੈਂ ਤਾਂ ਅਗਲੇ ਤੋਂ ਲੈ ਕੇ ਆਇਆ ਗਾ। ਸਤਿ ਸ਼੍ਰੀ ਅਕਾਲ ਤਾਈ। ਸਤਿ ਸ਼੍ਰੀ ਅਕਾਲ ਪੁੱਤ, ਸਤਿ ਸ਼੍ਰੀ ਅਕਾਲ, ਹੋਰ ਦੀਪੀ ਠੀਕ ਠਾਕ ਨੇ ਸਾਰੇ? ਹਾਂ ਤਾਈ ਸਾਰੇ ਠੀਕ ਠਾਕ ਨੇ, ਮੈਂ ਤਾਈ ਨੂੰ ਮਿਲ ਕੇ ਆਵਾਂ, ਕਈ ਦਿਨ ਹੋ ਗਏ ਗੇੜਾ ਨਹੀਂ ਵੱਜਿਆ। ਚੱਲ ਵਧੀਆ ਕਰਿਆ। ਹੋਰ ਸੁਣਾ ਦੀਪੀ ਨਵੀਂ ਤਾਜੀ? ਬਸ ਤਾਈ ਨਵੀਂ ਤਾਜੀ ਤਾਂ ਕਿਹੜੀ ਹੈ, ਹੋਰ ਸੁਖਪਾਲ ਕਿੱਧਰ ਗਈ? ਇੱਧਰ ਹੀ ਗਈ ਹੋਈ ਹੈ, ਕੁੱਤੇ ਨੂੰ ਘੁਮਾਉਣਾ ਆਉਣ ਵਾਲੀ ਹੈ। ਕੁੱਤੇ ਨੂੰ ਘੁਮਾਉਣਾ? ਕੁੱਤਾ ਵੀ ਰੱਖ ਲਿਆ ਤਾਈ ਤੁਸੀਂ? ਹਾਂ ਕੁੱਤਾ ਰੱਖ ਲਿਆ ਸੀ ਪੁੱਤ। ਚੱਲ ਵਧੀਆ ਹੋ ਗਿਆ, ਮੈਨੂੰ ਤਾਂ ਆਪ ਤਾਈ ਬਹੁਤ ਸ਼ੌਂਕ ਹੈ ਕੁੱਤਾ ਰੱਖਣ ਦਾ। ਸੋਨੂੰ ਕਿਵੇਂ ਕੁੱਤਾ ਰੱਖਣ ਦਾ ਸ਼ੌਂਕ ਜਾਗਿਆ? ਪਹਿਲਾਂ ਤਾਂ ਤੁਸੀਂ ਕਦੇ ਰੱਖਿਆ ਨਹੀਂ। ਨਹੀਂ ਸਾਨੂੰ ਵੀ ਜਾਗ ਪਿਆ ਭੈਣੇ, ਕੀ ਦੱਸਾਂ ਤੈਨੂੰ, ਬਸ ਪੁੱਛਣਾ। ਅੱਛਾ ਅੱਛਾ, ਤੇਰੀ ਗੱਲ ਤੋਂ ਪਤਾ ਲੱਗਦਾ ਤਾਈ ਤੈਨੂੰ ਹਜੇ ਹੈ ਨਹੀਂ ਸੀ ਸ਼ੌਂਕ ਕੁੱਤਾ ਰੱਖਣ ਦਾ, ਸੁਖਪਾਲ ਦਾ ਇਰਾਦਾ ਬਣ ਗਿਆ ਹੋਣਾ, ਉਹਨੇ ਲਿਆਂਦਾ ਹੋਣਾ। ਹਾਂ ਲਿਆਂਦਾ ਤਾਂ ਉਹਦੇ ਆਖੇ ਤੋਂ ਹੀ ਹੈ। ਅੱਛਾ ਅੱਛਾ, ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ, ਹੋਰ ਦੀਪੀ ਠੀਕ ਹੈ? ਹਾਂ ਬਾਈ ਸਾਰੇ ਠੀਕ ਠਾਕ। ਚੱਲ ਵਧੀਆ, ਸੇਮਾ ਦੇਖੀ ਨਹੀਂ ਹੈਗਾ, ਦੋ ਤਿੰਨ ਦਿਨ ਹੋ ਗਏ ਖੇਤ, ਘਰੀ ਰਹਿੰਦਾ।
ਹਾਂ ਬਾਈ ਘਰੀ ਰਹਿੰਦਾ, ਹੁਣ ਦੋ ਚਾਰ ਦਿਨ ਹੋ ਗਏ ਬੁਖਾਰ ਜਾ ਚੜਦਾ, ਬਸ ਅਸੀਂ ਕੋਲ ਜੀ ਕਰ ਜਾਂਦਾ ਖੇਤ ਜਾਣ ਦੀ, ਘਰੀ ਪਿਆ ਹੁੰਦਾ। ਅੱਛਾ, ਦਵਾਈ ਦਵੁਈ ਦਵਾ ਆਉਂਦੇ ਡਾਕਟਰ ਤੋਂ? ਬੁਖਾਰ ਜੇ ਦਾ ਖਾਸਾ ਹੋ ਰਿਹਾ ਨਾ, ਰੁੱਤ ਜੀ ਬਦਲਦੀ ਹੈ ਜਦੋਂ, ਹੋ ਜਾਂਦਾ। ਹੋਰ ਸਹੀ ਗੱਲ ਹੈ ਭਾਈ, ਦਵਾਈ ਦਵਾਓ ਡਾਕਟਰ ਤੋਂ। ਕਿਹਾ ਸੀ ਤਾਈ, ਕਰਾਇਆ ਸੀ ਬੁਖਾਰ ਚੱਕ ਡਾਕਟਰ ਨੇ ਕਰਿਆ ਸੀ, ਉਹ ਕਹਿੰਦਾ ਬੁਖਾਰ ਤਾਂ ਹੈ ਨਹੀਂ, ਬਸ ਹੱਡ ਭੰਨਣੀ ਜੀ ਹੋ ਰਹੀ ਹੈ, ਦਿੱਤੀਆਂ ਨੇ ਉਹਨੇ ਗੋਲੀਆਂ, ਕਹਿੰਦਾ ਦੋ ਟਾਈਮ ਲੈ ਲਈ ਠੀਕ ਹੋ ਜਾਏਗਾ। ਫਰਕ ਹੈ ਹੁਣ ਤਾਂ ਬਾਈ ਅੱਗੇ ਨਾਲੋਂ? ਹਾਂ ਫਰਕ ਹੈ। ਚੱਲ ਵਧੀਆ ਗੱਲ ਹੈ। ਤਲਾ ਤਲੀ ਦੇ ਧਰੇ ਹੁਣ ਤੂੰ ਤਰੇ, ਮੈਂ ਤਿਹਾ ਨੀ ਵਾਸਤਾ ਨੀ, ਮੈਦਾਨੂ ਕਿਸੇ ਥਾਪਾ ਤਰੇ ਥਾਤੀ ਥੰਦਲੀ ਮੈਨੂੰ ਇਹਦੀ ਤਲ ਨੇ ਤਾਂ ਥਾ ਦੇ ਨੇ ਤੀ ਲੈਂਦਾ, ਮੈਂ ਥਾ ਦੇ ਮੇਰੀ ਮਤ ਮਾਈ ਲੈ, ਕਿੱਥੇ ਦਾ ਰੱਤ ਲੈਂਦਾ ਬੰਦਾ ਤਾਂ ਕਰਿਆ ਮੈਦਾਨ ਨੂੰ ਥਾਪਾ। ਹੋਰ ਬਾਈ ਕੁੱਤਾ ਲਿਆਂਦਾ ਫਿਰ? ਹੈਂ, ਹਾਂ ਕੁੱਤਾ ਤਾਂ ਲਿਆਂਦਾ। ਚੱਲ ਵਧੀਆ ਕਰਿਆ, ਉਹ ਦੇਖ ਜਿਹੜਾ ਆਪਣੇ ਕੁੱਤਾ ਹੁੰਦਾ ਸੀ ਬਾਈ, ਕਿੰਨਾ ਸਿਆਣਾ ਹੁੰਦਾ ਸੀ ਨਾ। ਹਾਂ ਸਿਆਣਾ ਤਾਂ ਬਹੁਤ ਸੀ, ਹੈਗਾ ਸੀ ਸਿਆਣਾ, ਮਰ ਗਿਆ ਸੀ ਵਿਚਾਰਾ ਤਾਂ ਨਾ। ਹਾਂ ਮਰ ਗਿਆ ਸੀ ਬਾਈ, ਉਹ ਪਿੰਦੂ ਦੇ ਟਰੈਕਟਰ ਥੱਲੇ ਆ ਗਿਆ ਸੀ, ਬਾਲਾ ਸਿਆਣਾ ਸੀ ਉਹ ਤਾਂ ਸਾਡਾ ਕੁੱਤਾ। ਹਾਂ ਪਿੰਦੂ, ਹਾਂ ਪਿੰਦੂ ਤਾਂ ਚਲਾਉਂਦੇ ਇੰਨੇ ਵਾਂਗੂ ਹੈ, ਉਹ ਚਲਾਉਣੀ ਜੇ ਹੈ ਨਹੀਂ ਕਿਸੇ ਕੰਮ ਦੀ ਉਹਦੀ, ਉਹ ਗੱਜਣ ਕਾ ਕੱਟਾ ਨਹੀਂ ਮਾਰਤਾ ਸੀ ਉਹਨੇ। ਹਾਂ ਉਹ ਤਾਂ ਦੀਪੀ ਹੈ ਹੀ ਹੱਲੇ ਦਿਮਾਗ ਵਾਲਾ, ਚਲਾਈ ਹੈ ਨਹੀਂ ਕਿਸੇ ਕੰਮ ਦੀ ਉਹਦੀ। ਹੋਰ ਬਾਈ ਇਹ ਲਾਂਬਾ ਦੇਣ ਗਿਆ ਘਰੇ, ਗਾਹਾਂ ਇਹਨੂੰ ਗਾਏ ਨੂੰ ਉੱਚਾ ਨੀਵਾਂ ਬੋਲੇ। ਹਾਂ ਦੱਸਦਾ ਤੀ ਮੈਨੂੰ ਸੇਮਾ, ਸੇਮਾ ਕਹਿੰਦਾ ਮੈਂ ਲਾਂਬਾ ਲੈ ਕੇ ਗਿਆ, ਗਾਹਾਂ ਮੇਰੇ ਨਾਲ ਕਹਿੰਦਾ ਉੱਚਾ ਨੀਵਾਂ ਲੱਗ ਗਿਆ ਬੋਲਣ, ਮੂਹਰੋਂ ਪੁੱਠਾ ਜਿਹਾ ਬੋਲੇ ਕਹਿੰਦਾ। ਮੈਂ ਕਿਹਾ ਬੰਦੇ ਹੀ ਉਹ ਤਾਂ ਬੇਕਾਰ ਹੈ ਯਾਰ, ਉਹਦਾ ਪਿਓ ਟੱਕਰਿਆ ਇੱਕ ਦਿਨ ਮੈਨੂੰ, ਮੈਂ ਉਹਨੂੰ ਲਾਂਬਾ ਦਿੱਤਾ ਤੀ, ਮੈਂ ਤੁਹਾਡੇ ਵਾਲਾ ਪਿੰਦੂ ਦੇਖ ਲੈ, ਮੈਂ ਕਹਿੰਦਾ ਤੂੰ ਕੁੱਤਾ ਮਾਰਤਾ ਮੇਰੇ ਚਾਚੇ ਕਾ, ਗਾਂ ਲਾਂਬਾ ਦੇਣ ਗਏ ਨੂੰ, ਮੈਂ ਕਿਹਾ ਪੁੱਠਾ ਸਿੱਧਾ ਬੋਲਦਾ ਤੀ। ਉਹ ਕਹਿੰਦਾ ਕੋਈ ਨਾ ਮਗਰੋਂ ਅਸੀਂ ਬਹੁਤ ਛੋਤ ਲਾਈ ਹੈ ਉਹਦੀ, ਉਹਦਾ ਬਾਪ ਤਾਂ ਬਹੁਤ ਚੰਗਾ ਹੈਗਾ ਦੀਪੀ। ਹਾਂ ਬਾਈ ਸਾਰੇ ਕਹਿੰਦੇ ਨੇ ਕਿ ਬਹੁਤ ਚੰਗਾ ਬੰਦਾ ਤਾਂ। ਹਾਂ ਉਹ ਤਾਂ ਵਧੀਆ। ਮੈਨੂੰ ਤਾਂ ਪਤਾ ਨਹੀਂ ਸੀ ਭੈਣੇ ਤੈਨੂੰ ਵੀ ਸ਼ੌਂਕ ਹੈ ਕੁੱਤੇ ਰੱਖਣ ਦਾ। ਪੁੱਤਨਾ ਬਾਹ ਦੋ ਪਾਤੇ ਮਾਏ। ਕੀ ਕਹਿੰਦੀ ਹੈ ਬਾਈ ਇਹ? ਬਾਹ ਜੋਤ ਪਾਤੇ ਮਾਏ ਨਾ ਤੂੰ। ਅੱਛਾ ਅੱਛਾ, ਜ਼ੋਰ ਪਾ ਕੇ ਮੰਗਾਇਆ, ਚੱਲ ਵਧੀਆ। ਮੈਨੂੰ ਤੇ ਇਹਨੂੰ ਸੇਮੇ ਨੂੰ, ਸਾਨੂੰ ਤਾਂ ਆਪ ਬਹੁਤ ਸ਼ੌਂਕ ਹੈ ਜਾਨਵਰ ਰੱਖਣ ਦਾ, ਇਹਨੂੰ ਮੇਰੇ ਨਾਲੋਂ ਵੀ ਵੱਧ ਸ਼ੌਂਕ ਹੈ ਸੇਮੇ ਨੂੰ, ਇਹ ਤਾਂ ਪਿੱਛੇ ਜੇ ਖਰਗੋਸ਼ ਚੱਕ ਲਿਆ ਸੀ ਦੋ। ਹਾਂ ਲਿਆਇਆ ਤੀ ਉਹ, ਫਿਰ ਮੇਰੇ ਮਾਮੇ ਦੇ ਮੁੰਡੇ ਨੂੰ ਦੇਤੇ। ਹਾਂ ਦੱਸਦਾ ਤੀ, ਕਹਿੰਦਾ ਮੈਂ ਉਹਦੇ ਮਾਮੇ ਦੇ ਮੁੰਡੇ ਨੂੰ ਦੇਤੇ। ਹਾਂ ਇੱਕ ਦਿਨ ਹੁਣ ਵੀ ਕਹੀ ਜਾਂਦਾ ਸੀ ਕਹਿੰਦਾ ਕੁੱਤਾ ਲਿਆਵਾਂਗੇ ਆਪਾਂ। ਮੇਰੀ ਗੱਲ ਸੁਣ ਬੈਨੇ, ਜੇ ਤੂੰ ਤੱਲੇ ਹੋ ਨਹੀਂ ਆ ਤੂੰ ਥੱਦਿਆ ਰੱਥ ਲੈ। ਕੀ ਕਿਹਾ? ਮੈਨੂੰ ਸਮਝ ਨਹੀਂ ਆਈ ਸੁਖਪਾਲ। ਮੈਂ ਤੇ ਥੱਦਿਆ ਤੂੰ ਰੱਥ ਲੈ। ਸੁਖਪਾਲ ਨਾਲੇ ਤੂੰ ਮੰਗਾਇਆ ਸੀ ਇਹ? ਹਾਂ ਬਹੁਤ ਮੁੱਥਲ ਨਾਲ ਬਣਾਇਆ ਸੀ ਇਹ, ਜੇ ਤੂੰ ਰੱਖਣਾ ਤੇਰੇ 'ਚ ਮੇਰੇ 'ਚ ਬੰਦਾ ਥੋੜ੍ਹੀ ਕੁਛ। ਮੈਨੂੰ ਅੱਧੀ ਕੁ ਗੱਲ ਸਮਝ ਆਈ ਹੈ ਇਹਦੀ। ਇਹ ਮੈਨੂੰ ਲੱਗਦਾ ਐਂ ਕਹਿੰਦੀ ਹੈ ਦੀਪੀ ਵੀ ਮੈਂ ਤਾਂ ਬਹੁਤ ਮੁਸ਼ਕਲ ਨਾਲ ਮੰਗਾਇਆ ਸੀ, ਵੀ ਤੇਰੇ ਤੇ ਮੇਰੇ 'ਚ ਕੁਛ ਵੰਡਿਆ ਥੋੜ੍ਹੀ ਹੈ। ਅੱਛਾ ਅੱਛਾ, ਉਹ ਤਾਂ ਗੱਲ ਤੇਰੀ ਠੀਕ ਹੈ, ਪਰ ਅਸੀਂ ਤੁਹਾਡਾ ਕੁੱਤਾ ਕਿਵੇਂ ਰੱਖ ਲਈਏ? ਅਸੀਂ ਵੀ ਤੁਹਾਡੇ ਬਾਰੇ ਸੋਚਣਾ, ਤੁਸੀਂ ਤਾਂ ਅਜੇ ਸ਼ੌਂਕ ਵੀ ਨਹੀਂ ਪੂਰਾ ਕਰਿਆ। ਨਾ ਨਾ ਕੋਈ ਗੱਲ ਨਹੀਂ ਦੀਪੀ, ਸ਼ੌਂਕ ਵਾਲੀ ਕੋਈ ਗੱਲ ਨਹੀਂ, ਜੇ ਤੁਸੀਂ ਰੱਖਣਾ ਕੁੱਤਾ ਤਾਂ ਰੱਖ ਸਕਦੇ ਹੋ। ਹਾਂ ਦੇਖ ਲਓ ਦੀਪੀ। ਅੱਛਾ ਚੱਲ ਕੋਈ ਗੱਲ ਨਹੀਂ, ਫਿਰ ਮੈਂ ਕਰ ਲੈਂਦੀ ਇਹਨਾਂ ਨਾਲ ਸਲਾਹ। ਹਾਂ ਤੋਈ ਨਾ ਭੈਣੇ, ਤੂੰ ਸਲਾਹ ਤਾਂ ਰੱਖ ਦੀ, ਮੇਲੇ ਤਾਂ ਨਹੀਂ ਤਾਂ ਹੁਣੀ ਲੈਦਾ ਨਾ ਤੇ ਹੁਣੀ ਲੈਦਾ। ਅੱਛਾ ਸੁਖਪਾਲ ਭੈਣੇ ਤੂੰ ਮੇਰਾ ਇੰਨਾ ਮੋਹ ਕਰਦੀ ਹੈ, ਚੱਲ ਕੋਈ ਨਾ ਮੈਂ ਇਹਨਾਂ ਨਾਲ ਸਲਾਹ ਕਰਕੇ ਫਿਰ ਆਉਂਦੀ ਹਾਂ। ਠੀਕ ਹੈ, ਤਾਂ ਵਾਦਾ ਨਹੀਂ ਆ ਨਾ ਬਸ।
ਇਹ ਮੋਦੀ ਗੱਲ ਕਰਦੀ ਹੈ ਆ ਇਹ ਨਹੀਂ ਪਤਾ ਵੀ ਇਹ ਤਾਂ ਗਲੋਂ ਲਾਉਣ ਨੂੰ ਫਿਰਦੇ ਨੇ ਬਣੀ ਮੋਦੀ ਸਤਿ ਸ੍ਰੀ ਅਕਾਲ ਤਾਈ ਸਤਿ ਸ੍ਰੀ ਅਕਾਲ ਭਾਬੀ ਸਤਿ ਸ੍ਰੀ ਅਕਾਲ ਬਾਈ ਹੋਰ ਬਾਈ ਜੱਸੇ ਬਾਈ ਠੀਕ ਹੈ ਸਿਮੇ ਤੂੰ ਦੱਸ ਵਧੀਆ ਠੀਕ ਠਾਕ ਠੀਕ ਠਾਕ ਹੈ ਹਾਂ ਦੀਪੀ ਕਹਿੰਦੀ ਤੀ ਮੈਨੂੰ ਕਹਿੰਦੀ ਬਾਈ ਹੋਰੀ ਕਹਿੰਦੇ ਨੇ ਤੁਸੀਂ ਕੁੱਤਾ ਲਿਜਾਣਾ ਸਾਡੇ ਵਾਲਾ ਲੈ ਜਾਓ ਹਾਂ ਇਹ ਕਹਿੰਦੀ ਤੀਗੀ ਕਹਿੰਦੀ ਅਸੀਂ ਕੁੱਤਾ ਰੱਖਣਾ ਮੈਂ ਕਿਹਾ ਫਿਰ ਜੇ ਤੁਸੀਂ ਰੱਖਣਾ ਹੀ ਆ ਚੱਲ ਆ ਲੈ ਜਾਓ ਤੁਸੀਂ ਸਾਡੇ ਵਾਲਾ ਕੀ ਗੱਲ ਹੋ ਗਈ ਬਾਈ ਨਾਲੇ ਤੁਸੀਂ ਲਿਆਂਦਾ ਤੀ ਤੁਸੀਂ ਨਹੀਂ ਰੱਖਦੇ ਨਾ ਯਾਰ ਸਾਡਾ ਤਾਂ ਇਰਾਦਾ ਨਹੀਂ ਰੱਖਣ ਦਾ ਜੇ ਮੈਂ ਤੈਨੂੰ ਸਹੀ ਗੱਲ ਦੱਸਾਂ ਨਾ ਅਸੀਂ ਤਾਂ ਫਸੇ ਹੋਏ ਰੱਖੀ ਬੈਠੇ ਇਹਨੂੰ ਫਸੇ ਹੋਏ ਰੱਖੀ ਬੈਠੇ ਹੋ ਮੈਂ ਸਮਝਿਆ ਨਹੀਂ ਯਾਰ ਕੋਈ ਗੱਲ ਨਹੀਂ ਯਾਰ ਭਾਬੀ ਨੂੰ ਰੱਖ ਲੈਣ ਦੇ ਇਹਨੂੰ ਸ਼ੌਂਕ ਹੈ ਕੀ ਹੋ ਗਿਆ ਜੇ ਤੁਹਾਡਾ ਨਹੀਂ ਹੈਗਾ ਸ਼ੌਂਕ ਉਹ ਭਰਾਵਾ ਇਹਨੂੰ ਕੋਈ ਸ਼ੌਂਕ ਨਹੀਂ ਹੈਗਾ ਇਹ ਤਾਂ ਅਸੀਂ ਗਲਤ ਫਹਿਮੀ 'ਚ ਲਿਆ ਬੈਠੇ ਯਾਰ ਇਹਨੇ ਤਾਂ ਮੈਥੋਂ ਜੁੱਤੀ ਮੰਗਾਈ ਸੀ ਇਹਨੇ ਜੁੱਤੀ ਨੂੰ ਕਿਹਾ ਸੀ ਜੁੱਤੀ ਪੁਰਾਣੀ ਹੋ ਗਈ ਦੀਦੀ ਉਹ ਤਾਂ ਕਿਤੇ ਮੈਨੂੰ ਗੱਲ ਦੀ ਸਮਝ ਨਹੀਂ ਲੱਗੀ ਮੈਂ ਬੇਬੇ ਨੂੰ ਪੁੱਛ ਬੈਠਾ ਵੀ ਬੇਬੇ ਕੀ ਕਹਿੰਦੀ ਹੈ ਇਹ ਬੇਬੇ ਕਹਿੰਦੀ ਇਹ ਕੁੱਤੀ ਕਹਿੰਦੀ ਹੈ ਵੀ ਮੈਨੂੰ ਕੁੱਤੀ ਲਿਆ ਕੇ ਦੇ ਮੈਂ ਰੱਖਣੀ ਹੈ ਬੇਬੇ ਕਹਿੰਦੀ ਮੋਬਾਈਲ 'ਤੇ ਇਹ ਫਿਲਮ ਦੇਖੀ ਜਾਂਦੀ ਤੀ ਅੰਦਰ ਬੈਠੀ ਉਹ ਫਿਲਮ 'ਚ ਕੁੱਤਾ ਸੀਗਾ ਤਾਂ ਕਰਕੇ ਇਹਨੂੰ ਸ਼ੌਂਕ ਜਾਗ ਪਿਆ ਵੀ ਕੁੱਤਾ ਰੱਖੀਏ ਬਸ ਇਸੇ ਗਲਤ ਫਹਿਮੀ 'ਚ ਹੀ ਉਹ ਮੇਰਾ ਮਿੱਤਰ ਨਹੀਂ ਹੈਗਾ ਬਲਜਿੰਦਰ ਵਾਰ ਵਾਰ ਘਰ ਹੈ ਜਿਹੜਾ ਪਾਪਣਾ ਰਾਹ 'ਤੇ ਉਹਨੇ ਮੈਨੂੰ ਕਿਹਾ ਕਿਹਾ ਤੀ ਕਹਿੰਦਾ ਮੈਂ ਕੁੱਤਾ ਦੇਣਾ ਯਾਰ ਜੇ ਕਿਸੇ ਨੇ ਲੈਣਾ ਹੋਵੇ ਉਹ ਤੋਂ ਲਿਆਇਆ ਭਰਾਵਾ ਉਹ ਜਾ ਯਾਰ ਤੇਰਾ ਵੀ ਸਰੀਰ ਪਿਆ ਮੰਗਾਈ ਤਾਂ ਭਾਬੀ ਨੇ ਤੈਥੋਂ ਜੁੱਤੀ ਤੀ ਤੂੰ ਉਹਨੂੰ ਕੁੱਤਾ ਲਿਆ ਕੇ ਫੜਾਤਾ ਹੈ ਹੋਰ ਭਰਾਵਾ ਮੈਂ ਤਾਂ ਇਹਨੂੰ ਲਿਆ ਕੇ ਸੰਗਲੀ ਫੜਾਈ ਜਾਵਾਂ ਮੈਂ ਕਿਹਾ ਆਹ ਲੈ ਸੁਖਪਾਲ ਤੇਰੀ ਇੱਛਾ ਪੂਰੀ ਕਰਤੀ ਇਹ ਸੰਗਲੀ ਨਾ ਫੜੇ ਮੂਹਰੋਂ ਹੈਰਾਨ ਹੋਈ ਖੜੀ ਫਿਰ ਬਾਅਦ 'ਚ ਸਾਰੀ ਗੱਲ ਖੁੱਲ੍ਹੀ ਫਿਰ ਕਿਤੇ ਹੋਈ ਨਾ ਤਾਂ ਹੁਣ ਕੁੱਤਾ ਮੈਂ ਸਾਂਭਦਾ ਨਾ ਬੇਬੇ ਸਾਂਭਦੀ ਹੈ ਇਹ ਸਾਂਭਦੀ ਹੈ ਵਿਚਾਰੀ ਅੱਛਾ ਅੱਛਾ ਮੈਨੂੰ ਕਹਿੰਦੀ ਤੁਸੀਂ ਸਾਡੇ ਵਾਲਾ ਕੁੱਤਾ ਰੱਖ ਲਓ ਮੈਂ ਕਿਹਾ ਚੱਲ ਮੇਰੇ ਨਾਲ ਮੋਹ ਕਰਕੇ ਮੇਰੇ ਵਾਸਤੇ ਕੁਰਬਾਨੀ ਕਰਨ ਲੱਗੀ ਚਲੋ ਕੁਰਬਾਨੀ ਤਾਂ ਦੀ ਮੇਰੀ ਤਾਂ ਦਾਂਤ ਕੰਦੇ ਤਾਈ ਪਈ ਹੈ ਚੱਲ ਫਿਰ ਤਾਂ ਵਧੀਆ ਗੱਲ ਹੈ ਲਿਆ ਫੜਾ ਫਿਰ ਲਿਆ ਦੇ ਖੋਲ ਕੇ ਕਿੱਧਰ ਇੱਧਰ ਉਹ ਬੈਠਾ ਲੈ ਖੋਲ ਫਿਰ ਲੈ ਲੈ ਵੀ ਲਿਆਓ ਆਇਆ ਦੀਪੀ ਚੱਲੀਏ ਆਇਆ ਇਹਨੂੰ ਚੂਰੀ ਚਾਰੀ ਕੁੱਟ ਕੇ ਖਵਾ ਸੁੱਤਰਾ ਲੱਭਾ ਮੇਰਾ ਥੈਰਾ ਸੁੱਤ ਦਿਆ ਹੋਰ ਵਧੀਆ ਹੋ ਗਿਆ ਚੱਲ ਲੈ ਗਏ ਉਹ ਹੋਰ ਚੱਲ ਵਧੀਆ ਨਾਲੇ ਉਹਨਾਂ ਦਾ ਸ਼ੌਂਕ ਪੂਰਾ ਹੋ ਜੂ ਭਾਈ ਹੋਰ ਸ਼ੌਂਕ ਤੇ ਉਹਨਾਂ ਨੂੰ ਹੋਰ ਮੈਂ ਤੁਹਾਨੂੰ ਦਿੱਤੀ ਗੱਲ ਦੱਸਾਂ ਕੀ ਕਹਿੰਦੀ ਹੈ ਮਥਾ ਮੈਂ ਤੁਹਾਨੂੰ ਦਿੱਤੀ ਗੱਲ ਦੱਸਾਂ ਮੇਰਾ ਹੁਣ ਉਹਦੇ ਨਾਲ ਦੀਦਾ ਲੱਗਣ ਲੱਗ ਗਿਆ ਸੀ ਅੱਛਾ ਜੀ ਜਿਹਾ ਲੱਗਣ ਲੱਗ ਗਿਆ ਤੇ ਉਹਦੇ ਨਾਲ ਫਿਰ ਕਿਉਂ ਦਿੱਤਾ ਫਿਰ ਤੂੰ ਪਹਿਲਾਂ ਨਾ ਦੱਸਿਆ ਆਪਾਂ ਨਾਂ ਦਿੰਦੇ ਉਹਨਾਂ ਨੂੰ ਸਹੀ ਗੱਲ ਹੈ ਭਾਈ ਨਾ ਨਾ ਭਾਈ ਥੰਮ ਨਾ ਉੱਥਾ ਤੀ ਆਹੀ ਤਾਂ ਗੱਲ ਹੈ ਮੋਤਾ ਫਿਰ ਪੈ ਜਾਂਦਾ ਫਿਰ ਜਾਨਵਰ 'ਚ ਮੋਤਾ ਆਪਣਾ ਪੈ ਹੀ ਗਿਆ ਤੀ ਕਿ ਨਹੀਂ ਚੱਲ ਕੋਈ ਨਾ ਫਿਰ ਉੱਧਰ ਵੀ ਆਪਣੇ ਘਰ ਹੀ ਹੈ ਕਿ ਨਹੀਂ ਸਹੀ ਗੱਲ ਹੈ ਭਾਈ ਹੋਰ
ਜੱਸੇ ਤੇਰੇ ਮਾਮੇ ਦੀ ਕੁੜੀ ਦਾ ਫੋਨ ਆਇਆ ਸੀ ਪੰਮੀ ਦਾ, ਉਹ ਕਹਿੰਦੀ ਮੈਂ ਤੇ ਮੇਰੇ ਘਰ ਵਾਲਾ ਅੱਜ ਤੁਹਾਡੇ ਕੋਲੇ ਆਉਣੇ ਆ, ਨਾਲੇ ਰਹਾਂਗੇ। ਅੱਛਾ ਚੱਲ ਵਧੀਆ ਗੱਲ ਹੈ, ਪੰਮੀ ਤਾਂ ਕਦੇ ਨਹੀਂ ਆਈ ਲੈ ਆਪਣੇ ਕੋਲੇ। ਹਾਂ ਕੁਮਾਰੀ ਹੁੰਦੀ ਤਾਂ ਆਉਂਦੀ ਹੁੰਦੀ ਕਦੇ ਕਦੇ, ਜਿਉਂ ਵਿਆਹ ਹੋਇਆ ਵਿਚਾਰੀ ਤੋਂ ਆਈ ਨਹੀਂ ਗਿਆ, ਦਿਨੇ ਵੀ ਨਹੀਂ ਕਦੇ ਘੰਟਾ ਆਈ ਹੈਗੀ। ਕਬੀਲਦਾਰੀਆਂ ਫਸ ਜਾਂਦਾ ਨਾ ਬੰਦਾ ਫਿਰ ਬੇਬੇ, ਆਇਆ ਕਿੱਥੇ ਜਾਂਦਾ ਤੈਨੂੰ ਪਤਾ ਹੀ ਹੈ। ਹੋਰ ਚੱਲ ਵਧੀਆ ਆ ਜੂਗੀ ਵਿਚਾਰੀ, ਮਿਲ ਜੂਗੀ। ਹੋਰ ਆ ਜਾਣ ਦੇ ਵਧੀਆ, ਸਹੀ ਗੱਲ ਹੈ ਸੋਦੀ। ਐਂ ਹੁੰਦਾ ਤਾਵਾ ਕਿਲੇ ਮਾ। ਹੋਰ ਸੁਣਾਓ ਪੰਮੀ, ਮੈਂ ਤੇ ਬੇਬੇ ਵੀ ਅੱਜ ਗੱਲ ਕਰਕੇ ਹਟੇ ਹਾਂ, ਮੈਂ ਹਲੇ ਪੰਮੀ ਨੇ ਤਾਂ ਗੇੜੇ ਨਹੀਂ ਮਾਰਿਆ ਵਿਆਹ ਤੋਂ ਬਾਅਦ ਆਪਣੇ ਕੋਲੇ। ਹਾਂ ਬਾਈ ਪਹਿਲਾਂ ਤਾਂ ਦੇਖ ਮੈਂ ਕੁਮਾਰੀ ਹੁੰਦੀ ਕਈ ਵਾਰੀ ਰਹੀ ਹਾਂ ਤੁਹਾਡੇ ਕੋਲੇ, ਆ ਜਾਂਦੀ ਸੀ, ਹੁਣ ਸੋਚਿਆ ਤਾਂ ਬਥੇਰੇ ਵਾਰੀ ਹੈ ਵੀ ਜਾਈਏ ਕਦੇ ਲਾ ਕੇ ਆਈਏ, ਰਾਤ ਆ ਹੀ ਨਹੀਂ ਜਾਂਦਾ, ਤੁਹਾਨੂੰ ਪਤਾ ਕੰਮ ਧੰਦਿਆਂ 'ਚ ਕਬੀਲਦਾਰੀਆਂ ਇਹੋ ਜਿਹੀਆਂ ਹੋ ਰਹੀਆਂ ਨੇ। ਹਾਂ ਹੋ ਜਾਂਦਾ ਤਾਂ, ਹੋਰ ਹੋ ਜਾਂਦਾ, ਟਾਈਮ ਹੀ ਨਹੀਂ ਕਿਸੇ ਕੋਲੇ, ਕਿਸੇ ਕੋਲੇ ਬਾਈ ਨਹੀਂ ਤਾਂ ਗੱਲ, ਇਹ ਤਾਂ ਹੈਗੀ ਗੱਲ। ਹੋਰ ਥੱਤ ਮਾਮੀ ਦੰਜ ਪਵਾ ਲਈ ਹੋਈ ਤੀ ਫੋਨ ਤੇ ਗੱਲ। ਹੱਸੋ ਨਾ ਭਾਬੀ, ਥੋੜ੍ਹਾ ਟੋਤਲਾ ਬੋਲਦੀ। ਨਾ ਨਾ ਹੱਸਿਆ ਨਹੀਂ ਮੈਂ। ਕੀ ਕਹਿੰਦੀ ਸੀ ਭਾਬੀ, ਮੈਨੂੰ ਸਮਝ ਨਹੀਂ ਆਈ। ਮੱਥਾ ਮਾਮੀ ਨੇ ਰੰਜ ਪਵਾ ਲਿਆ ਤੀ ਹੋਈ ਤੀ ਫੋਨ ਤੇ ਗੱਲ। ਮੈਨੂੰ ਸਮਝ ਆ ਗਈ ਦੀ, ਇਹ ਐਂ ਕਹਿੰਦੀ ਹੈ ਪੰਮੀ ਵੀ ਮਾਮੀ ਨੇ ਦੰਦ ਪਵਾ ਲਿਆ ਸੀ, ਇੱਕ ਦਿਨ ਉਰੇ ਆਈ ਤੀ ਨਾ ਗੱਲ ਕਰਦੀ ਤੀ ਮੈਂ ਦੰਦ ਪਵਾਉਣਾ, ਐਂ ਪੁੱਛਦੀ ਹੈ ਇਹ। ਅੱਛਾ ਅੱਛਾ, ਹਾਂ ਹਾਂ ਭਾਬੀ ਉਹ ਤਾਂ ਪਵਾ ਲਿਆ ਸੀ। ਲੈ ਮੈਂ ਪਤਾ ਨਹੀਂ ਭੈਣ ਕਿਉਂ ਕਹੀ ਜਾਂਦੀ ਹੈ ਕਿ ਮਾਮੀ ਨੇ ਗੰਜ ਪਵਾ ਲਿਆ ਸੀ। ਲੈ ਉਹਨੇ ਕਾਹਦੇ ਵਾਸਤੇ ਗੰਜ ਪਵਾਉਣਾ ਤੀ ਵਿਚਾਰੀ ਨੇ, ਇਹ ਤਾਂ ਪੁੱਤ ਮਾੜੀ ਜੀ ਤੋਤਲੀ ਹੈ। ਜਾ ਸੁਖਪਾਲ ਚਾਹ ਬਣਾ ਲਿਆ। ਠੀਕ ਹੈ। ਦੁੱਧ 'ਚ ਪੱਤੀ ਪਾ ਲਈ ਭੈਣੇ, ਚਾਹ ਦਾ ਕੀ ਪੀਣਾ ਹੈ। ਉਹ ਕੋਈ ਨਾ ਬਾਈ, ਦੁੱਧ 'ਚ ਪੱਤੀ ਪਾ ਲਿਓ, ਕੋਈ ਗੱਲ ਨਹੀਂ। ਸੁਖਪਾਲ ਐਂ ਕਰੀ ਫਿਰ ਦੁੱਧ 'ਚ ਪੱਤੀ ਪਾ ਲਈ। ਠੀਕ ਹੈ। ਨਾਲੇ ਉਹ ਨੀਲੇ ਜਿਹੇ ਡੱਬੇ 'ਚ ਪਏ ਨੇ ਬਿਸਕੁਟਾਂ ਦੇ ਪੈਕਟ। ਠੀਕ ਹੈ। ਹਾਂ ਮੇਰੀ ਗੱਲ ਸੁਣ ਬਾਈ, ਅਚਾਰ ਨਾਲ ਬਿਸਕੁਟ ਨਾ ਰੱਖਿਓ ਸਾਨੂੰ, ਅੱਜ ਵਾਖਣੀਆਂ ਚੀਜ਼ਾਂ ਮੈਂ ਨਹੀਂ ਖਾਂਦਾ ਹੁੰਦਾ। ਅੱਛਾ ਅੱਛਾ, ਹਾਂ ਇੱਥੇ ਮਿਠਾਈ ਵਾਲੀ ਦੁਕਾਨ ਹੈ ਨਹੀਂ ਕੋਈ? ਕੀ ਖਾਣਾ ਬਾਈ ਮੈਂ ਲਿਆਉ ਨਾ। ਐਂ ਕਰ ਫਿਰ ਤੂੰ, ਅੱਧਾ ਕਿਲੋ ਬਰਫੀ ਲਿਆਈ, ਖੋਇਆ ਹੀ ਲਿਆਈ, ਉਹ ਖਾ ਲਾਂਗੇ। ਚੱਲ ਲੈ ਆਉਣਾ ਫਿਰ, ਲੈ ਆਵਾਂ ਬੇਬੇ ਮੈਂ। ਬਰਫੀ ਠੀਕ ਰਹੂ ਹੈ ਨਾ ਮੰਮੀ? ਹਾਂ ਹਾਂ ਠੀਕ ਰਹੂ। ਦਿਨ ਸੀ ਹੈ ਨਾ ਬਾਈ? ਹੋਰ ਸਹੀ ਗੱਲ ਹੈ। ਆ ਜਾ ਬਾਈ ਬਹਿ ਜਾ, ਆ ਜਾ ਇੱਧਰ। ਬਹਿ ਤਾਂ ਜਾਂਦਾ ਮੈਂ 5-7 ਮਿੰਟ, ਊ ਆਪਣਾ ਟਾਈਮ ਤਾਂ ਹੋ ਹੀ ਪਿਆ। ਕਾਹਦਾ ਟਾਈਮ ਬਾਈ? ਲੈ ਕਮਾਲ ਹੋ ਗਈ ਪਤੰਦਰਾ, ਪ੍ਰਾਹੁਣਾ ਘਰੇ ਆਇਆ ਬੈਠਾ, ਤੈਨੂੰ ਹਜੇ ਪਤਾ ਹੀ ਨਹੀਂ ਕਾਹਦਾ ਟਾਈਮ? ਉਹ ਅੱਛਾ ਅੱਛਾ, ਉਹ ਤਾਂ ਮੈਂ ਰੱਖਦਾ ਮੈਂ ਪਾਣੀ ਧਾਣੀ ਸਾਰਾ, ਠੀਕ ਹੈ। ਉਹ ਤਾਂ ਮੈਂ ਲੈ ਆਇਆ ਸੀ ਸਮਾਨ ਠੇਕੇ ਤੋਂ। ਅੱਛਾ ਮੇਰੀ ਗੱਲ ਸੁਣ, ਕਿਹੜਾ ਬ੍ਰਾਂਡ ਲੈ ਕੇ ਆਇਆ? ਮੈਂ ਤਾਂ ਬਾਈ ਰੋਸਟੈਗ ਦੀ ਬੋਤਲ ਲਿਆ ਸੀ। ਉਹ ਜਾ ਯਾਰ ਪਤੰਦਰਾ, ਰੋਸਟੈਗ ਤਾਂ ਅੱਜ ਕੱਲ੍ਹ ਜਣਾ ਖਾਣਾ ਪੀ ਜਾਂਦਾ, ਘੱਟੋ ਘੱਟ ਬਲੈਂਡਰ ਬਰੈਡ ਤਾਂ ਲਿਆਉਣੀ ਸੀ। ਅੱਛਾ ਮੈਂ ਤਾਂ ਫਿਰ ਇਹ ਲਿਆਇਆ ਬਾਈ। ਚੱਲ ਕੋਈ ਨਾ, ਅੱਜ ਦਾ ਦਿਨ ਤਾਂ ਡੰਗ ਲਾ ਲਾਂਗੇ, ਕੱਲ੍ਹ ਤੋਂ ਲਿਆਈ ਫਿਰ, ਹਜੇ 3-4 ਦਿਨ ਉਰੀ ਹਾਂ, ਕਿਉਂ ਪੰਮੀ? ਹੋਰ ਮੈਂ ਕਿਹਾ ਐਤਕੀ ਭੂਆ ਹੋਰਾਂ ਦਾ ਲਾਂਬਾ ਸਮਾਰ ਕੇ ਲਾ ਕੇ ਆਵਾਂਗੇ, 3-4 ਦਿਨ ਲਾ ਕੇ ਆਵਾਂਗੇ ਮੈਂ ਕਿਹਾ ਆਪਾਂ। ਅੱਛਾ ਅੱਛਾ, ਮੈਨੂੰ ਲੱਗਦਾ ਇੱਕ ਗਲਤੀ ਤੂੰ ਹੋਰ ਕਰ ਗਿਆ ਹੋਏਗਾ।
ਕਿਹੜੀ ਬਾਈ? ਮੈਨੂੰ ਲੱਗਦਾ ਤੂੰ ਮੁਰਗਾ ਚੱਕ ਰਿਹਾ ਹੋਵੇਗਾ। ਹਾਂ ਬਾਈ, ਮੁਰਗੇ ਹੀ ਲਿਆ ਮੈਂ ਤਾਂ। ਉਹ ਜਾ ਯਾਰ, ਬੱਕਰਾ ਲਿਆਉਣਾ ਸੀਗਾ, ਮੈਨੂੰ ਤਾਂ ਪੁੱਛ ਲੈਂਦਾ ਪਹਿਲਾਂ, ਸਾਰਾ ਕੰਮ ਹੀ ਗਲਤ ਕਰਤਾ। ਮੈਂ ਤਾਂ ਬੱਕਰਾ ਖਾ ਕੇ ਜ਼ਿਆਦਾ ਖੁਸ਼ ਹਾਂ। ਅੱਛਾ, ਮੈਨੂੰ ਤਾਂ ਪਤਾ ਨਹੀਂ ਸੀ ਬਾਈ। ਚੱਲ ਕੋਈ ਗੱਲ ਨਹੀਂ, ਅੱਜ ਦਾ ਦਿਨ ਤਾਂ ਡੰਗ ਲਾ ਲਾਂਗੇ, ਜਿਹੜਾ ਮਰਜ਼ੀ ਲਿਆ ਉਸ ਤੋਂ, ਕੱਲ੍ਹ ਤੋਂ ਸਹੀ। ਠੀਕ ਹੈ। ਹੋਰ ਬੇਬੇ, ਮੈਨੂੰ ਤਾਂ ਇਹਨਾਂ ਦਾ ਕੰਮ ਹੀ ਖਰਾਬ ਲੱਗਦਾ ਹੈਗਾ। ਉੱਧਰੋਂ ਤਾਂ ਪੰਮੀ ਰਸੋਈ 'ਚ ਬੜੀ ਖੜੀ, ਉੱਧਰੋਂ ਬਾਜਾਂ 'ਤੇ ਬਾਜਾਂ ਮਾਰੀ ਜਾਵੇ ਪਿੱਛੋਂ, ਪੰਮੀ ਸਬਜ਼ੀ ਲਿਆਈ ਸਬਜ਼ੀ ਲਿਆਈ। ਮੈਂ ਤਾਂ ਇੱਕ ਦੋ ਪੇਗ ਲਾਏ ਨੇਗੇ, ਆਪ ਬੋਤਲ ਨੇੜੇ ਲਾ ਗਿਆ, 5-6 ਕੌਲੀਆਂ ਮੀਟ ਦੀਆਂ ਖਾ ਗਿਆ, ਮੈਂ ਤਾਂ 1-2 ਸਾਂਖੀਆਂ ਚੱਕੀਆਂ ਨੇ ਮਸਾਂ। ਹੋਰ ਮੈਨੂੰ ਤਾਂ ਆਪੇ ਦਾ ਹਿਸਾਬ ਕਿਤਾਬ ਜਿਹਾ ਠੀਕ ਨਹੀਂ ਲੱਗਿਆ ਜੱਸੇ, ਕਈਆਂ ਦੀਆਂ ਗੱਲਾਂ ਕਰਦਾ ਤੀ, ਫਲਾਣੀ ਦਾਰੂ ਲਿਆ ਦੀ, ਬੱਕਰਾ ਲਿਆ ਦੀ। ਉਹੀ ਤਾਂ ਗੱਲ ਹੈ ਬੇਬੇ। ਹੋਰ ਇਹ ਤਾਂ ਬਾਹਲ ਹੀ ਬੇਸ਼ਰਮ ਬੰਦਾ ਭਾਈ, ਮੈਨੂੰ ਲੱਗਦਾ ਪੰਮੀ ਨੂੰ ਇਸੇ ਨਹੀਂ ਸਿਖਾਇਆ ਹੋਣਾ ਵੀ ਤੂੰ ਰਸੋਈ 'ਚ ਖੜੀ ਰਹਿ, ਵੀ ਮੈਨੂੰ ਸਬਜ਼ੀ ਮੰਗਾਉਣੀ ਸੌਖੀ ਹੋ ਜਾਂਦੀ ਹੈ, ਤਾਈਓ ਤਾਂ ਉਹ ਰਸੋਈ 'ਚ ਖੜੀ ਹੈ। ਨਾ ਨਾ ਬੇਬੇ, ਰਥੋਈ ਤੂੰ ਨਹੀਂ ਥਰੀ, ਉਹ ਵੀ ਉਹਦੇ ਵੱਧਦੀ ਹੈ, 5-6 ਤੌਲੀਆਂ ਮਿੱਟਦੇ ਸਾਜੀ, ਰਥੋਈ ਤਾਂ ਥਰੀ ਥਰੀ। ਕੀ ਕਹਿ ਗਈ ਜੱਸੇ ਇਹ? ਮੈਨੂੰ ਤਾਂ ਇਹਦੀ ਸਮਝ ਨਹੀਂ ਆਈ। ਮੈਨੂੰ ਤਾਂ ਆ ਗਈ ਬੇਬੇ ਸਮਝ ਇਹਦੀ। ਇਹ ਐਂ ਕਹਿੰਦੀ ਹੈ, ਕਹਿੰਦੀ ਪੰਮੀ ਊਂ ਨਹੀਂ ਰਸੋਈ 'ਚ ਖੜੀ, ਉਹ ਵੀ ਬਿੰਦਰ ਵਾਂਗੂ ਬੇਸ਼ਰਮ ਹੈ, 5-6 ਕੌਲੀਆਂ ਮੀਟ ਦੀਆਂ ਖਾ ਗਈ, ਕਹਿੰਦੀ ਖੜੀ ਖੜੀ। ਹੈ ਨਾ ਸਪਾਲ, ਆਈ ਕਹਿੰਦੀ ਤੂੰ? ਹਾਂ, ਇਹੀ ਗੱਲ ਕਹਿੰਦੀ ਸੀ। ਅੱਛਾ, ਕਮਾਲ ਹੋ ਗਈ ਜੱਸੇ, ਇਹ ਤਾਂ ਪਹਿਲੇ ਦਿਨੋਂ ਨੀਤ ਦੀ ਮਾੜੀ ਹੈ ਪੰਮੀ ਤਾਂ, ਕੁਮਾਰੀ ਹੁੰਦੀ ਵੀ ਨਾ ਰਸੋਈ 'ਚ ਵੜ ਕੇ ਚੋਰੀਓ ਚੀਜ਼ਾਂ ਖਾਈ ਜਾਂਦੀ। ਮੈਂ ਤਾਂ ਕਿਸੇ ਕੋਲ ਗੱਲ ਨਹੀਂ ਕਰਦੀ ਤੀ ਵੀ ਚੱਲ ਜਵਾਬ ਖੜੀ ਹੈ, ਕਾਹਨੂੰ ਗੱਲ ਕਰਨੀ ਹੈ, ਖਾਣ ਪੀਣ ਵਾਲੀਆਂ ਚੀਜ਼ਾਂ ਦਾ ਵੀ ਕੀ ਹੁੰਦਾ। ਚੱਲ, ਜਿੰਨੀ ਆਪਣੇ ਘਰੇ ਚੀਜ਼ ਪਈ ਹੁੰਦੀ ਇਹ ਤਾਂ ਮਾਂ ਦੀ ਤੀ ਸਾਰੀ ਖਾ ਜਾਂਦੀ। ਤੂੰ ਤੇ ਆਪਣੀ ਸਿਮਰੀ ਫਿਰ ਮੈਨੂੰ ਪੁੱਛਦੇ ਵੀ ਬੀਬੀ ਉਰੇ ਭੁਜੀਆ ਪਿਆ ਤੀ, ਮੈਂ ਹਾਰ ਕੇ ਕਹਿੰਦੀ ਵੀ ਭਾਈ ਉਹ ਤਾਂ ਖਾਧਾ ਖੁਦਾ ਗਿਆ। ਅੱਛਾ, ਦੇਖ ਲੈ ਇਹ ਜੋੜੀ ਬੜੀ ਫਿੱਟ ਬੈਠੀ ਇਹਦੀ, ਮੈਂ ਤਾਂ ਐਂ ਕਹਿਣਾ। ਹੈਂ, ਇਹੀ ਜੀ ਤਾਂ ਆਪ ਹੈਗੀ ਸੀਗੀ, ਉਹ ਜਿਹਾ ਦਾ ਘਰ ਵਾਲਾ ਮਿਲ ਗਿਆ। ਹੈਂ, ਹੋਰ ਇਹ ਤਾਂ ਮੈਨੂੰ ਸਿਰੇ ਦਾ ਸ਼ਰਮ ਲੱਗਦਾ, ਮੈਂ ਤਾਂ ਕਿਸੇ ਦਾ ਪ੍ਰਾਹੁਣਾ ਧਰਾਉਣਾ ਆਈਆਂ ਜਾਂ ਗੱਲਾਂ ਕਰਦਾ ਦੇਖਿਆ ਨਹੀਂ, ਐਂ ਤਾਂ ਕਿਸੇ ਦਾ ਸਾਕਾ ਪ੍ਰਾਹੁਣਾ ਵੀ ਨਹੀਂ ਕਹਿੰਦਾ ਵੀ ਮੈਂ ਮੁਰਗਾ ਨਹੀਂ ਖਾਂਦਾ, ਮੈਂ ਬੱਕਰਾ ਖਾਣਾ ਹੈ, ਵੀ ਆਹ ਸ਼ਰਾਬ ਲਿਆ ਕੇ ਦਿਓ ਮੈਨੂੰ ਜਾਂ ਆਹ ਲਿਆ ਕੇ ਦਿਓ। ਹੋਰ ਐਂ ਕੌਣ ਕਹਿੰਦਾ? ਇਹ ਤਾਂ ਜਿਹੜੇ ਹਿਸਾਬ ਨਾਲ ਗੱਲਾਂ ਕਰਦਾ ਨਾ, ਨੌਸਰਾਈਆਂ ਕਰਦਾ, ਨਖਰੇ ਕਰਦਾ, ਕਿੰਨੇ ਦਿਨ ਹਜੇ ਉਰੀ ਹੈ, ਇਹ ਤਾਂ ਦਿਵਾਲਾ ਕੱਢ ਕੇ ਰੱਖ ਦੂ ਮੇਰਾ। ਇਹ ਤਾਂ ਤੁਹਾਨੂੰ ਦਮਾਨੰਦ ਧਰ ਦੂ, ਨੰਦ ਧਰ ਦੂ ਇਹ ਤਾਂ। ਤੇ ਹੋਰ ਨੰਗ ਤਾਂ ਕਰ ਹੀ ਦਿਓ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਯਾਰ ਮੈਂ ਕੀ ਕਰਾਂ ਇਹਦਾ। ਹੋਰ ਆਪਾਂ ਨੂੰ ਤਾਂ ਪਤਾ ਹੀ ਨਹੀਂ ਸੀ ਵੀ ਇਹ ਇਹੋ ਜਿਹੇ ਨਿਕਲਣਗੇ, ਆਪਾਂ ਤਾਂ ਖੁਸ਼ੀ ਮਨਾਈ ਜਾਂਦੇ ਸੀ ਵੀ ਇੰਨੇ ਚਿਰ ਬਾਅਦ ਆਪਣੇ ਕੋਲ ਪੰਮੀ ਆਊਗੀ। ਹੋਰ ਉਹੀ ਤਾਂ ਗੱਲ ਹੈ, ਦੇਖ ਲਓ ਕਰ ਲਓ ਮਿਲਣੀ ਆ ਪੰਮੀ ਨਾਲ। ਬੜਾ ਜੱਬ ਹੋਇਆ। ਨਜ਼ਾਰਾ ਆ ਗਿਆ ਪੰਮੀ, ਆਪਾਂ ਤਾਂ 4-5 ਦਿਨ ਉਰੀ ਰਹਾਂਗੇ, ਮੇਰਾ ਤਾਂ ਜੀ ਵਾਲਾ ਲੱਗ ਰਿਹਾ ਸੱਚੀ। ਹੋਰ ਮੇਰਾ ਤਾਂ ਆਪ ਲੱਗ ਰਿਹਾ, ਮੈਂ ਤਾਂ ਨਾਲੇ ਇੰਨੇ ਦਿਨ ਲਗਾਤਾਰ ਮੀਟ ਹੀ ਨਹੀਂ ਖਾਧਾ ਸੀ ਕਦੇ। ਬਾਕੀ ਪਤਾ ਨਹੀਂ ਕੀ ਗੱਲ ਹੈ ਇਹਨਾਂ ਦੇ ਘਰੇ ਸਵਾਦ ਹੀ ਵਾਲਾ ਬਣਦਾ ਹੈ ਨਾ। ਸਹੀ ਗੱਲ ਹੈ, ਸਵਾਦ ਵਾਲਾ ਹੀ ਬਣਦਾ। ਆਪਾਂ ਹਜੇ 4-5 ਦਿਨ ਹੋਰ ਰਹਾਂਗੇ ਇਹਨਾਂ ਦੇ ਘਰੇ, ਨਾਲੇ ਅੱਜ ਆਪਾਂ ਜੱਸੇ ਤੋਂ ਮੱਛੀ ਮੰਗਾਵਾਂਗੇ ਵਾਹਵਾ ਸਾਰੀ। ਚੰਗਾ। ਹਾਂ ਮੰਗਾਵਾਂਗੇ, ਕਹਾਂਗੇ ਉਹਨੂੰ ਹੁਣ। ਹਜੇ 4-5 ਦਿਨ ਹੋਰ, 6 ਦਿਨ ਪਹਿਲਾਂ ਹੋ ਗਏ ਬੈਠਿਆਂ ਨੂੰ। ਕਮਾਲ ਹੋ ਗਈ ਯਾਰ, ਇਹ ਤਾਂ ਜਾਣ ਦਾ ਨਾਂ ਹੀ ਨਹੀਂ ਲੈਂਦੇ। ਹੈਂ, ਇਹਨਾਂ ਨੂੰ ਕਿਹੜੇ ਹਿਸਾਬ ਨਾਲ ਘਰੋਂ ਕੱਢ ਕੇ, ਕਮਾਲ ਕਰਦੇ ਨੇ ਤਾਂ। 10,000 ਉਹ ਵੀ ਲਵਾਤਾ ਮੇਰਾ ਜਿਹੜਾ ਮੈਂ ਆੜਤੀ ਉਹਨੇ ਵੜ ਕੇ ਲਿਆਇਆ ਹੁਣ। ਕਮਾਲ ਹੈ ਲੈ, ਉਹ ਵੀ ਕਲਮ ਪੂਰੀ ਕਰਾਤੀ ਕੰਜਰ ਦੇ ਪੁੱਤ ਨੇ, ਜਿਹੜੀ ਤਾਂ ਰੌਲਾ ਤੀ 10,000 ਦਾ। ਹੋਰ ਉਹੀ ਤਾਂ ਗੱਲ ਹੈ, ਉਦੋਂ ਤੂੰ ਉਹ ਫੜ ਕੇ ਨਹੀਂ ਲਿਆਇਆ ਤੀ 10,000, ਹੁਣ ਉਹ ਵੀ ਲਿਆਉਣਾ ਪੈ ਗਿਆ ਤੈਨੂੰ। ਮੈਂ ਤਾਂ ਤੰਮ ਤਰ ਤਾਂ ਥੱਤੀ ਪਈ ਹਾਂ, ਇਹਨੂੰ ਤਾਂ ਭੋਲਾ ਖੁਸ਼ ਨਹੀਂ ਹੈਗੀ ਕੰਮ ਤੱਤੇ, ਇਹਦਾ ਦੱਤਾ ਤੋਰਦੀ ਹੈ ਤੁਥਨੀ ਤੰਨੀ ਤਾਂ।
ਇਹ ਕਿੱਥੇ ਹਿਸਾਬ ਨਾਲ ਕੱਢੀਏ ਲੋ ਹੁਣ ਕੱਢੀਏ ਕਿਹੜੇ ਹਿਸਾਬ ਨਾਲ ਮੈਨੂੰ ਤਾਂ ਐਂ ਨਹੀਂ ਸਮਝ ਆਉਂਦੀ ਅੱਛਾ ਅੱਛਾ ਆਹ ਗੱਲ ਹੈ ਕੱਢ ਤਾਂ ਆਪਾਂ ਇਹਨਾਂ ਨੂੰ ਦੇਵਾਂਗੇ ਕੋਈ ਨਾ ਕੋਈ ਸਕੀਮ ਨਾਲ ਹੋਰ ਕੱਢਣੇ ਆਏ ਸਿਮਿਆ ਯਾਰ ਬੁਰਾ ਹਾਲ ਕਰ ਰੱਖਿਆ ਯਾਰ ਸਾਡਾ ਤਾਂ ਇਹਨਾਂ ਨੇ ਯਾਰ ਕੱਢਣੇ ਪੈਣਗੇ ਮੇਰੀਆਂ ਜੇਬਾਂ ਖਾਲੀ ਕਰਾਤੀਆਂ ਇਹਨਾਂ ਨੇ ਨਾ ਨਾ ਕੋਈ ਗੱਲ ਨਹੀਂ ਆਪਾਂ ਲਾ ਲੈਂਦੇ ਹਾਂ ਸਕੀਮ ਲਾ ਲੈਂਦੇ ਹਾਂ ਚੱਲ ਫਿਰ ਮੇਰੀ ਗੱਲ ਸੁਣ ਇੱਕ ਸਕੀਮ ਤਾਂ ਮੇਰੇ ਕੋਲ ਹੈਗੀ ਹੈ ਉਵੇਂ ਕਰਨਾ ਪਊਗਾ ਫਿਰ ਆਪਾਂ ਨੂੰ ਠੀਕ ਹੈ ਇਹੋ ਜਿਹੀ ਕਿਹੜੀ ਗੱਲ ਕਰਨੀ ਸੀ ਜਿਹੜੀ ਆਪਾਂ ਨੇ ਇਕੱਲਿਆਂ ਨੇ ਕਰਨੀ ਸੀ ਮੈਂ ਦੱਸਦਾ ਤੈਨੂੰ ਉਹ ਤਾਂ ਐਂ ਯਾਰ ਗੱਲ ਸੇਮੇ ਕਾ ਚੱਲਦਾ ਜ਼ਮੀਨ ਦਾ ਰੌਲਾ ਕਿਸੇ ਨਾਲ ਅੱਛਾ ਅਦਾਲਤ 'ਚ ਵੀ ਕੇਸ ਚੱਲੀ ਜਾਂਦਾ ਇਹਨਾਂ ਦਾ ਜਦੋਂ ਇਹ ਜਾਂਦੇ ਨੇ ਅਦਾਲਤ 'ਚ ਤਰੀਕ 'ਤੇ ਅੱਛਾ ਉਦੋਂ ਹਵਾਜੀ ਕਰਦੇ ਨੇ ਇਹਨਾਂ 'ਤੇ ਅੱਛਾ ਅੱਛਾ ਹਾਂ ਹੁਣ ਗੱਲ ਆਏ ਆ ਯਾਰ ਵੀ ਉਹ ਬੰਦਾ ਮਾਰਨਾ ਆਪਾਂ ਹੈਂ ਕੀ ਗੱਲ ਕਰੀ ਉਹਨੂੰ ਮਾਰਨਾ ਹਾਂ ਬਾਈ ਯਾਰ ਗੱਬਰ ਗੱਬਰ ਵੱਜਦਾ ਉਹ ਅਸੀਂ ਤਾਂ ਹੁਣ ਐਂ ਸੋਚ ਲਿਆ ਵੀ ਉਹਦੇ ਵਾਲਾ ਕੰਡਾ ਕੱਢਣਾ ਯਾਰ ਮਾਰਨਾ ਉਹਨੂੰ ਮਾਰਨਾ ਪਤੰਦਰੋ ਕੀ ਗੱਲਾਂ ਕਰੀ ਜਾਂਦੇ ਤੁਸੀਂ ਹਾਂ ਬਾਈ ਯਾਰ ਅਸੀਂ ਤਾਂ ਹੁਣ ਮੱਥ ਲਿਆ ਉਹਨੂੰ ਮਾਰਨਾ ਅਸੀਂ ਤਾਂ ਉਹਨੂੰ ਟਪਾਉਣੀ ਟਪਾਉਣਾ ਇੱਕ ਅਸਲਾ ਤਾਂ ਹੈਗਾ ਮੇਰੇ ਕੋਲ ਲਾਇਸੈਂਸੀ ਇੱਕ ਅੱਧਾ ਮੈਂ ਹੋਰ ਯੂਪੀ ਤੋਂ ਮੰਗਾ ਲੈਣਾ ਹਾਂ ਸੇਮੇ ਛੇਤੀ ਮੰਗਾ ਯਾਰ ਛੇਤੀ ਮੰਗਾ ਛੱਡਣਾ ਨਹੀਂ ਸਾਲੇ ਨੂੰ ਆਪਾਂ ਨਾ ਛੱਡਣਾ ਨਹੀਂ ਕਚਹਿਰੀਆਂ 'ਚ ਤੈਨੂੰ ਬੋਲਣ ਦੀ ਹਿੰਮਤ ਕਿਵੇਂ ਹੋਈ ਯਾਰ ਆਖਰ ਤੂੰ ਮੇਰੇ ਚਾਚੇ ਦਾ ਮੁੰਡਾ ਹੈ ਨਾ ਹਾਂ ਬਾਈ ਮੈਂ ਕਹੇ ਤਾਂ ਇੱਕ ਬੰਦੇ ਨੂੰ ਉਹ ਇੱਕ ਦਿਨ 'ਚ ਆਪਣੇ ਕੋਲ ਪਹੁੰਚਦਾ ਕਰ ਦੂਗਾ ਸਿਕਸਰ ਮੰਗਾ ਲਿਆ ਮੈਂ ਸਿਕਸਰ ਬਸ ਠੀਕ ਹੈ ਬਾਲੇ ਬੰਦੇ ਆਪਾਂ ਕਰਨੇ ਨਹੀਂ ਬਾਲੇ ਬੰਦੇ ਠੀਕ ਨਹੀਂ ਆਉਂਦੇ ਇਹ ਕੰਮ 'ਚ ਆਪਾਂ ਤਿੰਨੇ ਭਾਈ ਚੱਲਾਂਗੇ ਮੈਂ ਤੂੰ ਤੇ ਬਿੰਦਰ ਬਾਈ ਮੈਂ ਤਾਂ ਭਰਾਵਾ ਕਦੇ ਕੁੱਤੇ ਦੀ ਸੋਟੀ ਨਹੀਂ ਮਾਰੀ ਉਹ ਕੋਈ ਗੱਲ ਨਹੀਂ ਕੁੱਤੇ ਦੀ ਸੋਟੀ ਤਾਂ ਮਾਰਨੀ ਹੋਈ ਨਹੀਂ ਸਿੱਧਾ ਬੰਦਾ ਮਾਰਨਾ ਆਪਾਂ ਨੇ ਹੋਰ ਤੂੰ ਐਂ ਕਰੀ ਸਿੰਮੇ ਮੰਗਾ ਮੰਗਾ ਯਾਰ ਤੂੰ ਛੇਤੀ ਮੰਗਾ ਉਹ ਤਾਂ ਆਜੂ ਰਾਫਲ ਤਾਂ ਫੜਾਈ ਬਿੰਦਰ ਬਾਈ ਨੂੰ ਰਿਵਾਲਵਰ ਮੈਨੂੰ ਫੜਾ ਦੀ ਤੂੰ ਚਾਹੇ ਗੰਡਾਸੇ ਹੀ ਫੜ ਲਈ ਬੈਰੀ ਨੂੰ ਘਰੇ ਜਾ ਕੇ ਮਾਰਨਾ ਆਪਾਂ ਘਰੇ ਜਾ ਕੇ ਛੱਡਣਾ ਨੀ ਨਾ ਨਾ ਭਰਾਵਾ ਮੇਰੀ ਗੱਲ ਸੁਣ ਮੈਂ ਤਾਂ ਕਦੇ ਅਜਿਹਾ ਕੰਮ ਕਰਿਆ ਨੀ ਦੇਖ ਮੇਰਾ ਤਾਂ ਮੁਸ਼ਕਲ ਹੈ ਬਾਈ ਉਹ ਜਾ ਯਾਰ ਬਾਈ ਅਸੀਂ ਤਾਂ ਤੈਨੂੰ ਇੰਨੇ ਮਾਨ ਨਾਲ ਸੱਦਿਆ ਦੀ ਜੱਸਾ ਬਾਈ ਕਹਿੰਦਾ ਹੈਗਾ ਕਹਿੰਦਾ ਆਪਣਾ ਪਰਾਉਣਾ ਕਹਿੰਦਾ ਆਪਣੇ ਨਾਲ ਖੜੂਗਾ ਓਏ ਖੜੂਗਾ ਸਿੰਮੇ ਖੜੂਗਾ ਕਿਉਂ ਨੀ ਯਾਰ ਤੂੰ ਕੇਰਾ ਨਾ ਅਸਲਾ ਹੱਥ 'ਚ ਕਰ ਸਾਰਾ ਗੱਬਰ ਸਾਲੇ ਨੂੰ ਛੱਡਣਾ ਨੀ ਆਪਾਂ ਮਾਰਨਾ ਹੈ ਮਾਰ ਕੇ ਚਾਹੇ ਯਾਰ ਆਪਾਂ ਨੂੰ 20 ਸਾਲੀ ਹੋ ਜਾਏ ਤਾਂ ਵੀ ਨਹੀਂ ਛੱਡਣਾ ਸੁਣ ਗਿਆ ਨਾਲੇ ਚਾਰ ਕਨਾਲਾਂ ਦਾ ਕਬਜ਼ਾ ਵੀ ਲੈਣਾ ਹੈ ਜਿਹਦਾ ਰੌਲਾ ਹੈ ਹਾਂ ਉਹ ਵੀ ਲੈਣਾ ਹਾਂ ਉਹ ਮੇਰੀ ਗੱਲ ਸੁਣ ਭਰਾਵਾ ਚਾਰ ਕਨਾਲਾਂ ਪਿੱਛੇ ਬੰਦਾ ਥੋੜੀ ਮਾਰਨਾ ਹੈ ਨਾ ਨਾ ਭਰਾਵਾ ਸਾਰੀ ਉਮਰ ਜੇਲ੍ਹ 'ਚ ਲੰਘ ਜੂਗੀ ਲੰਘਦੀ ਆ ਬਸ਼ੱਕ ਲੰਘ ਜੇ ਯਾਰ ਲੰਘ ਜੇ ਕੋਈ ਡਿੱਕਾ ਨਹੀਂ ਕਿ ਨਹੀਂ ਸਿੰਮੇ ਦੇਖ ਬਿੰਦਰ ਬਾਈ ਤੈਨੂੰ ਸਾਡੇ ਨਾਲ ਤੁਰਨਾ ਪਊ ਯਾਰ ਅਸੀਂ ਤਾਂ ਮਾਣ ਕਰਕੇ ਸੱਦਿਆ ਤੈਨੂੰ ਹਾਂ ਯਾਰ ਬਿੰਦਰਾ ਤੂੰ ਬੇਫਿਕਰ ਹੋ ਜਾ ਜੇਲ੍ਹ 'ਚ ਆਪਾਂ ਚਾਹੇ 20 ਸਾਲ ਰਹੀਏ ਚਾਹੇ 25 ਸਾਲ ਰਹੀਏ ਸਾਰਾ ਖਰਚਾ ਮੇਰਾ ਹੋਊਗਾ ਉਹ ਤੁਸੀਂ ਗੱਲਾਂ ਕਹੇ ਜਿਹੀਆਂ ਕਰੀ ਜਾਂਦੇ ਭਰਾਵੋ ਮੇਰੇ ਤਾਂ ਧੜਕਣ ਵੱਧ ਗਈ ਉਹ ਲੈ ਯਾਰ ਧੜਕਣ ਵੱਧਣ ਵਾਲੀ ਇਹ 'ਚ ਕਿਹੜੀ ਗੱਲ ਹੈ ਯਾਰ ਬੰਦਾ ਤਾਂ ਇੱਕ ਮਾਰਨਾ ਆਪਾਂ ਉਹ ਤੂੰ ਪਰਵਾਹ ਹੀ ਨਾ ਕਰ ਅਸੀਂ ਤੇਰੇ ਨਾਲ ਹੋਵਾਂਗੇ ਅਸੀਂ ਪੁਰਾਣੇ ਖਿਡਾਰੀ ਆ ਸ਼ਰਿਆਮ ਬੰਦਾ ਤਾਂ ਅਸੀਂ ਚਾਹੇ ਪਹਿਲੀ ਵਾਰੀ ਮਾਰਨ ਲੱਗੇ ਆ ਪਰ ਊ ਤਾਂ ਅਸੀਂ ਬਥੇਰੇ ਬੰਦੇ ਮਾਰ ਮਾਰ ਨਹਿਰਾਂ 'ਚ ਸਿੱਟੇ ਨੇ ਮੈਂ ਤੇ ਜੱਸੇ ਬਾਈ ਨੇ ਅੱਛਾ ਯਾਰ ਹਾਂ ਕਈ ਵਾਰੀ ਬੰਦਾ ਨਹਿਰ 'ਚ ਮਾਰ ਕੇ ਸਿੱਟਣ ਦਾ ਵੀ ਨਹੀਂ ਮੌਕਾ ਮਿਲਦਾ ਸੀਗਾ ਅਸੀਂ ਤਾਂ ਖੇਤ ਹੀ ਰਿੰਨ ਕੇ ਖਾ ਜਾਂਦੇ ਸੀ ਬੰਦੇ ਨੂੰ ਦੋਨੇ ਜਾਣੇ ਹਾਂ ਉਹ ਤੁਹਾਡੀ ਭੈਣ ਨੂੰ ਬੰਦਾ ਰਿੰਨ ਕੇ ਖਾ ਜਾਂਦੀ ਸੀ ਉਹ ਫਿਰ ਬਾਈ ਕਈ ਵਾਰੀ ਨਹਿਰ 'ਚ ਸਿੱਟਣ ਦਾ ਮੌਕਾ ਹੀ ਨਹੀਂ ਮਿਲਦਾ ਸੀ ਲਾਸ਼ ਨੂੰ ਹੋਰ ਬਾਕੀ ਕੋਈ ਗੱਲ ਨਹੀਂ ਤੂੰ ਬੇਫਿਕਰ ਰਹਿ ਆਹ ਕਤਲ ਤੋਂ ਬਾਅਦ ਤੂੰ ਵੀ ਟ੍ਰੇਨਡ ਹੋ ਜਾਏਗਾ ਉਹ ਭਰਾਵਾ ਬੁੜੇ ਹੋ ਕੇ ਬਾਹਰ ਨਿਕਲਾਂਗੇ ਕੀ ਲੈਣਾ ਟ੍ਰੇਨਡ ਹੋ ਕੇ ਉਹ ਯਾਰ ਸਿੰਮੇ ਤੂੰ ਕਿਉਂ ਪਰਵਾਹ ਕਰਦਾ ਜਦੋਂ ਮੈਂ ਤੈਨੂੰ ਕਹਿਤਾ ਯਾਰ ਆਪਣੇ ਨਾਲ ਖੜੂਗਾ ਬਾਈ ਤੂੰ ਅਸਲਾ ਮੰਗਾ ਛੇਤੀ ਯਾਰ ਬਸ ਠੀਕ ਹੈ ਅੱਜ ਮੈਂ ਦੁਬਾਰੇ ਕਰ ਦਿੰਦਾ ਉਹਨੂੰ ਫੋਨ ਆਊਗੀ ਆਊਗਾ ਦੁਬਾਰੇ ਮਾਰ ਦੇ ਰਿੰਗ ਕੇਰਾ ਹੋਰ ਲੇਟ ਕਰ ਦਿੰਦਾ ਕਈ ਵਾਰੀ ਅਗਲਾ ਅੱਛਾ ਮੈਨੂੰ ਤਾਂ ਤੇਰੀ ਗੱਲ ਸੁਣ ਕੇ ਹੈਰਾਨੀ ਹੋਈ ਜਾਂਦੀ ਹੈ ਤੇ ਹੋਰ ਇਹ ਸਾਲੇ ਮੈਨੂੰ ਕਤਲ ਕੇਸ 'ਚ ਫਸਾਉਣਗੇ ਛੇਤੀ ਨਿਕਲੀ ਇੱਥੋਂ ਪੰਮੀ ਹੋਰ ਨਿਕਲਣਾ ਤਾਂ ਪਊਗਾ ਹੀ
ਮੈਨੂੰ ਤਾਂ ਤੇਰੀ ਗੱਲ ਸੁਣ ਕੇ ਡਰ ਜਿਹਾ ਲੱਗਣ ਲੱਗ ਗਿਆ। ਤੂੰ ਪੁੱਛਣਾ, ਮੇਰੀ ਤਾਂ ਧੜਕਣ ਹਜੇ ਤੱਕ ਤੇਜ਼ ਹੋਈ ਪਈ ਹੈ, ਆਪਾਂ ਉਹ ਨਿਕਲੀਏ ਛੇਤੀ। ਹੋਰ ਨਿਕਲੀਏ, ਚੱਲ ਚੱਲੀਏ ਆਪਾਂ ਤਾਂ। ਕੀ ਗੱਲ ਹੋ ਗਈ ਮਿੰਦਰ, ਬੈਗ ਚੱਕਿਆ ਕਿੱਧਰ? ਅਸੀਂ ਬਾਈ ਜਾਂਦੇ ਸੀ ਪਿੰਡ, ਸਾਨੂੰ ਫੋਨ ਆ ਗਿਆ, ਜ਼ਰੂਰੀ ਕੰਮ ਪੈ ਗਿਆ, ਕਹਿੰਦੇ ਛੇਤੀ ਆ ਜਾਓ। ਲੈ ਕਮਾਲ ਹੋ ਗਈ ਭੈਣੇ, ਇੰਨੀ ਛੇਤੀ ਮੈਂ ਨਹੀਂ ਤੁਹਾਨੂੰ ਜਾਣ ਦਿੰਦਾ, ਮੈਂ ਤਾਂ ਦੋ ਦਿਨ ਹੋਰ ਰੱਖੂੰਗਾ, ਨਾਲੇ ਸਾਨੂੰ ਕੰਮ ਹੈ, ਆਹ ਪਤਾ ਤਾਂ ਹੈਗਾ ਮਿੰਦਰ ਨੂੰ ਸਾਰੀ ਗੱਲ ਦਾ। ਉਹ ਨਾ ਬਾਈ ਯਾਰ ਜੱਸੇ, ਮੈਨੂੰ ਜਾਣ ਦੇ, ਮੈਨੂੰ ਜ਼ਰੂਰੀ ਕੰਮ ਪੈ ਗਿਆ। ਮੇਰੀ ਗੱਲ ਸੁਣ ਲੈ ਬਾਈ ਮਿੰਦਰ, ਰਾਜੀ ਰਹਿ ਗੁੱਸੇ ਰਹਿ, ਦੋ ਦਿਨ ਤਾਂ ਮੈਂ ਤੁਹਾਨੂੰ ਰੱਖੂੰਗਾ, ਉਹ ਕੰਮ ਕਢਾ ਕੇ ਵਗ ਜੀ ਬਸ ਤੂੰ। ਉਹ ਕਢਾ ਕੇ ਤਾਂ ਨਾ ਵੱਡੇ ਘਰ ਹੀ ਪਹੁੰਚੂਗਾ। ਚੱਲ ਮੇਰੀ ਗੱਲ ਸੁਣ ਭੈਣੇ, ਤੁਸੀਂ ਜੱਸੇ ਬਾਈ ਦਾ ਮਨ ਤਾਂ ਰੱਖ ਦਿਓ ਨਾ, ਜਦੋਂ ਕਹੀ ਜਾਂਦਾ ਤੁਸੀਂ ਦੋ ਦਿਨ ਰਹਿ ਪੋ, ਆ ਜਾਓ, ਐਵੇਂ ਜਿੱਦ ਨਹੀਂ ਕਰਦੇ ਹੁੰਦੇ, ਕੰਮ ਧੰਦੇ ਤਾਂ ਚੱਲਦੇ ਰਹਿੰਦੇ ਹੁੰਦੇ ਨੇਗੇ। ਹੋਰ ਆਜੋ ਆਜੋ ਆਜੋ, ਹੋਰ ਆਜੋ, ਲੈ ਅੰਦਰੋ ਲੈ, ਦੇਖ ਇੰਨੀ ਛੇਤੀ ਦੱਸ ਕੀ ਹੋਇਆ, ਆਜੋ ਵਗ ਜਾਓ, ਦੋ ਦਿਨ ਰਹੋ। ਆ ਬੈਦਿਕ ਮੈਂ ਦਿੱਤੇ ਨੇ ਭੈਣ ਹੋਰਾਂ ਨੇ, ਹੋਰ ਇਹਦੇ ਨੇ ਸੁੱਥੋਂ ਚੋਰੀ ਹੋ ਜਾਂਦੇ ਜੀਗੇ। ਤੂੰ ਸੁਖਪਾਲ ਇਹਨਾਂ ਦੀ ਨਿਗਰਾਨੀ ਰੱਖਣੀ ਹੈ, ਆਪਾਂ ਦੋ ਦਿਨ ਹੋਰ ਰੱਖਣਾ ਇਹਨਾਂ ਨੂੰ। ਠੀਕ ਹੈ ਠੀਕ ਹੈ, ਹੋਰ ਜਾਂਦੇ ਸੀਗੇ ਬਿਨਾ, ਲੈ ਬਿਨਾ ਦੱਸੇ ਜਾਂਦੇ ਤੇ ਇਹ, ਹੋਰ ਲੈ ਤੋਈ ਗੱਲ ਨਹੀਂ, ਹੁਣ ਮੈਂ ਨਾਨੀ ਰੱਖੂਗੀ। ਬੈਗ ਫੜ ਭੈਣ ਹੋਰਾਂ ਤੋਂ। ਠੀਕ ਹੈ, ਹੋਰ ਰੱਖ ਦੇ ਬੈਗ ਫਾ। ਬਹਿ ਦੋ ਮੰਦੇ ਤੇ ਬਹਿ ਦੋ। ਬਸ ਇਹੀ ਸਕੀਮ ਲੋਟਵਣੀ ਤੇ ਆਪਣੀ ਫਿਰ ਕਿ ਨਹੀਂ ਸਹੀ ਗੱਲ ਹੈ। ਹਾਂ ਸੁਖਪਾਲ, ਹੁਣ ਇਹਨਾਂ ਦੀ ਨਿਗਰਾਨੀ ਰੱਖਣੀ ਹੈ ਤੂੰ, ਇਹ ਭੱਜਣ ਦੀ ਕੋਸ਼ਿਸ਼ ਕਰਨਗੇ ਤੂੰ ਭੱਜਣ ਨਹੀਂ ਦੇਣਾ, ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਨੀ ਆਪਾਂ। ਠੀਕ ਹੈ ਬਸ, ਫਿਰ ਤੇ ਨਜ਼ਾਰ। ਹਾਂ ਕੋਈ ਗੱਲ ਨਹੀਂ, ਲੈ ਵੀ ਜੱਸੇ ਹੁਣ ਤੇਰੀ ਟੈਨਸ਼ਨ ਹੋਣ ਵਾਲੀ ਹੈ ਦੂਰ, ਇਸ ਖੁਸ਼ੀ 'ਚ ਮੈਨੂੰ ਮੁਰਗਾ ਖਵਾ ਕੇ ਲਿਆ ਭਰਾਵਾ। ਉਹ ਕੋਈ ਗੱਲ ਨਹੀਂ, ਆਪਾਂ ਚੱਲਦੇ ਹਾਂ, ਮੁਰਗਾ ਲੈ ਚੱਲਦੇ ਹਾਂ, ਖੇਤ ਜਾ ਕੇ ਬਣਾ ਲੈਂਦੇ ਆਪਾਂ। ਹਾਂ ਠੀਕ ਹੈ, ਚੱਲ ਫਿਰ ਚੱਲੀਏ। ਚੱਲ ਚੱਲ ਚੱਲ, ਮੋਟਰਸਾਈਕਲ ਕਿੱਥੇ ਹੈ? ਇੱਧਰ ਖੜਾ ਹੈ ਮੈਨੂੰ ਲੱਗਦਾ, ਇਹਦੇ ਉੱਲੇ। ਹਾਂ ਕੱਢ ਫਿਰ ਤੂੰ। ਬਿੰਦਰਾ ਆ ਗਏ, ਬਸ ਥੋੜ੍ਹੇ ਚਿਰ ਤੱਕ ਅਸੀਂ ਜਾ ਆਈਏ। ਠੀਕ ਹੈ ਬਾਈ, ਚੱਲ ਮਾਰ ਕੇ। ਹੁਣ ਕਿਵੇਂ ਕਰੀਏ ਪੰਮੀ, ਮੈਨੂੰ ਤਾਂ ਲੱਗਦਾ ਇਹ ਬੰਦਾ ਮਾਰ ਕੇ ਹਟਣਗੇ, ਮੈਨੂੰ ਲੱਗਦਾ ਇਹ ਆਸਰਾ ਲੈਣ ਗਏ ਨੇ ਕਿਸੇ ਤੋਂ। ਹੁਣ ਹੋਰ ਆਪਣਾ ਤਾਂ ਕੱਪੜਿਆਂ ਵਾਲਾ ਬੈਗ ਵੀ ਫੜ ਕੇ ਅੰਦਰ ਧਰ ਲਿਆ ਇਹਨਾਂ ਨੇ। ਉਹੀ ਤਾਂ ਗੱਲ ਹੈ, ਭੈਣੇ ਭਲਾ ਜੱਸੇ ਹੋਰੀ ਕਿੱਥੇ ਗਏ ਨੇ ਹੁਣ? ਉਹ ਤਾਂ ਬਾਈ ਮੁਰਦਾ ਖਾਣ ਦੇ ਨੇ ਥੇ ਤਾਂ। ਉਹ ਤੁਹਾਡੀ ਭੈਣ ਨੂੰ, ਇਹ ਤਾਂ ਮੁਰਦਾ ਖਾਣ ਗਏ ਨੇ ਪੰਮੀ, ਮੈਨੂੰ ਪਤਾ ਹੈ ਮੇਰੇ ਸਾਲੇ ਦੇ ਤਾਂ ਬੰਦਾ ਰਿੰਨ ਕੇ ਖਾ ਜਾਂਦੇ ਨੇ, ਆਪਾਂ ਨਿਕਲੀਏ ਉਰੋਂ। ਅੱਛਾ ਹਾਏ ਮੈਂ ਮਰ ਜਾ, ਨਿਕਲ ਤਾਂ ਜਾਈਏ, ਆਪਣਾ ਤਾਂ ਕੱਪੜਿਆਂ ਵਾਲਾ ਬੈਗ ਵੀ ਇਹਨਾਂ ਕੋਲ ਆ, ਮੇਰੇ ਤਾਂ ਮਹਿੰਗੇ ਮਹਿੰਗੇ ਸੂਟ ਆ ਸਾਰੇ ਉਹਦੇ 'ਚ। ਉਹ ਤੂੰ ਧੂਹਾ ਮਾਰ ਮਹਿੰਗੇ ਸੂਟਾਂ ਦਾ, ਜੇ ਜ਼ਿੰਦਗੀ ਰਹੀ ਤੈਨੂੰ ਸੂਟ ਤਾਂ ਹੋਰ ਵੀ ਸਮਾ ਦੂੰ। ਚੱਲ ਇੱਥੋਂ ਨਿਕਲੀਏ ਛੇਤੀ, ਉੱਠ ਉੱਠ ਚੱਲ ਚੱਲ, ਆਜਾ ਆਜਾ ਭੱਜ ਲੈ। ਫਲੋ ਫਲੋ ਨਿੱਚੇ ਦਾਲ ਫੱਟ ਦੇ, ਫਲੋ ਫਲੋ ਫੜੋ ਫੜੋ ਕੁੜੇ ਛੱਡ।
ਮੂੰਗੀ ਦੀ ਦਾਲ ਧਰ ਲਈ ਪੁੱਤ ਕਾਹ ਦਿਨ ਹੋ ਗਏ ਮੀਟ ਨਾਲ ਮੱਥਾ ਪੈਂਦਾ ਬੇਬੇ ਮੂੰਦੀ ਤੇ ਲੰਘ ਇੱਦਾਂ। ਹਾਂਜੀ ਸਤਿ ਸ਼੍ਰੀ ਅਕਾਲ, ਸਲਾਮ ਦਾਬ, ਨਮਸਕਾਰ, ਤੁਸੀਂ ਜੁੜੇ ਹੋ ਪੇਂਡੂ ਵਿਰਸਾ ਦੇ ਨਾਲ। ਹੁਣ ਵਾਰੀ ਹੈ ਤੁਹਾਡੀ ਕਮੈਂਟ ਕਰਨ ਵਾਲਿਆਂ ਦੀ। ਅੰਜੂ ਗਰਗ, ਅਮਨਦੀਪ ਕੌਰ ਜਲੂਰ, ਲਖਵੀਰ ਚੰਦ ਰੰਘੇੜੀ ਫਤਿਹਗੜ੍ਹ ਸਾਹਿਬ, ਮਨਪ੍ਰੀਤ ਕੌਰ ਮੱਤੀ, ਸੁਸ਼ਮਾ ਰਾਣੀ ਹਰਿਆਣਾ, ਮਨਜਿੰਦਰ ਸਿੰਘ ਬੋਪਾ ਰਾਏ, ਮਨਖੁਸ਼ ਸ਼ਰਮਾ, ਸਰਨਜੀਤ ਕੌਰ ਸੋਨੀ, ਪ੍ਰਵੀਨ ਬਾਵਾ, ਨੀਰਜ ਜੋਸ਼ੀ, ਵਿਜੇ ਕੁਮਾਰ, ਜੈਦੀਪ ਸਿੱਧੂ, ਪ੍ਰਵੀਨ ਕੁਮਾਰ ਉਸਮਾਨ ਖੇੜਾ, ਗੁਰਪ੍ਰੀਤ ਭੁੱਚੋ, ਮਨਜੀਤ ਕੌਰ ਚਾਨਾ, ਸਰਬਜੋਤ ਸਿੰਘ ਖਾਲਸਾ, ਹਰਪ੍ਰੀਤ ਕੌਰ, ਕਰਮਜੀਤ ਕੌਰ ਨੰਗਲ, ਹਰਵਿੰਦਰ ਸਿੰਘ, ਹਰਸ਼ਪ੍ਰੀਤ ਦਿਓਲ ਵਾਲੀਆ, ਜਸ ਸੋਢੀ ਅਤੇ ਗੁਰਦੱਤ ਸਿੰਘ। ਸ਼ੁਕਰੀਆ ਜੀ, ਮਿਹਰਬਾਨੀ, ਜਿਹੜਾ ਤੁਸੀਂ ਐਪਰੀਸ਼ੀਏਟ ਕਰ ਰਹੇ ਹੋ, ਇਸੇ ਤਰ੍ਹਾਂ ਪਿਆਰ ਬਣਾਈ ਰੱਖਿਓ ਅਤੇ ਕਰਦੇ ਰਹੋ ਸੋਹਣੇ ਸੋਹਣੇ ਕਮੈਂਟ। ਵੀਡੀਓ ਵਧੀਆ ਤੋਂ ਵਧੀਆ ਤੁਹਾਡੇ ਵਾਸਤੇ ਆਉਂਦੀਆਂ ਰਹਿਣਗੀਆਂ। ਲਾਈਕ, ਸ਼ੇਅਰ ਐਂਡ ਕਮੈਂਟ ਕਰਨਾ ਨਾ ਭੁੱਲਿਆ ਕਰੋ। ਮਿਹਰਬਾਨੀ ਜੀ, ਰੱਬ ਰਾਖਾ।